ਆਓ ਜੀ ਗੁਰਦੀ ਸਾਹਿਬ ਤਾਂ ਹੁਣ ਡੇੜੇ ਨੂੰ ਆਉਂਦੇ ਹੀ ਨਹੀਂ ਇਹਦੇ ਆਓ ਉਹ ਆਇਆ ਤੁਹਾਡੀ ਓਏ ਕੋਈ ਨੀ ਅੰਦਰੋਂ ਕਰ ਲਾਂਗੇ ਚੱਲ ਤੁਹਾਡਾ ਤਾਂ ਭਰਾ ਕੀ ਹੈ ਆ ਪਾਣੀ ਇੱਥੋਂ ਐ ਜਾ ਰਿਹਾ ਜਿਵੇਂ ਪਹਾੜੀ ਝਰਨੇ ਨੀ ਥੱਲੇ ਬਹਿੰਦੇ ਹੁੰਦੇ ਸੀਵਰ ਆ ਮਸ਼ੀਨ ਲੱਗੀ ਹੈ ਜਿੱਥੇ ਉਹ ਦੇਖ ਲਿਆ ਮੈਂ ਮੇਰਾ ਨਾਮ ਜੀ ਹਰਵਿੰਦਰ ਸਿੰਘ ਇਹ ਜੀ ਕੇ ਕਲੋਨੀ ਪੈਂਦੀ ਹੈ ਪ੍ਰਕਾਸ਼ ਅਗਰ ਸਾਡੇ ਪਿੱਛੇ ਵੇ ਜਿਹਨਾਂ ਦਾ ਨੁਕਸਾਨ ਹੋਇਆ ਜਿੱਥੇ ਅਤੇ ਮੈਂ ਪ੍ਰਕਾਸ਼ ਅਗਰ ਵੈਲਫੇਅਰ ਐਸੋਸੀਏਸ਼ਨ ਦਾ ਪ੍ਰਧਾਨ ਹਰਵਿੰਦਰ ਸਿੰਘ ਆ ਬਾਰਿਸ਼ ਕਾਰਨ ਹੀ ਹੋਇਆ ਜੀ ਇੱਕ ਇਹਨਾਂ ਨੇ ਇੰਨੀ ਵੱਡੀ ਬੇਸਮੈਂਟ ਫੱਟੀ ਇਹ ਇਲੀਗਲ ਹੈ ਕਿਉਂਕਿ ਪਹਿਲੇ ਸਾਰਾ ਜਾਇਜ਼ਾ ਇਹਨਾਂ ਨੇ ਲੈਂਦੇ ਜਿਹੜੇ ਵੱਡੇ ਇੰਜੀਨੀਅਰ ਨੇ ਇਹਨਾਂ ਕੋਲ ਨੇ ਇਹ ਦੇਖ ਕੇ ਕਰਦੇ ਵੀ ਮਕਾਨ ਨੂੰ ਕੋਈ ਨੁਕਸਾਨ ਨਾ ਹੋਵੇ ਕੱਲ੍ਹ ਨੂੰ ਬਰਸਾਤਾਂ ਦਾ ਮੌਸਮ ਆ ਰਿਹਾ ਸੜਕ ਵੀ ਇੱਕ ਇਹਨਾਂ ਨੇ ਬੰਦ ਕੀਤੀ ਹੋਈ ਹੈ ਇੱਕ ਹਦੂਦ ਉਹ ਹੈਗੀ ਹੈ ਇਹ ਪ੍ਰਕਾਸ਼ ਨਗਰ ਪ੍ਰਕਾਸ਼ ਕਲੋਨੀ ਪੈਂਦੀ ਹੈ ਪ੍ਰਕਾਸ਼ ਕਲੋਨੀ ਹੈ ਨਾ ਪ੍ਰਕਾਸ਼ ਕਲੋਨੀ ਹੈ ਅਤੇ ਇਹਦੇ ਵਿੱਚ ਕੋਈ ਹੋਸਪਿਟਲ ਬਣ ਰਿਹਾ ਸੀਗਾ ਜੋ ਮੈਂ ਪਤਾ ਕੀਤਾ ਕਾਰਪੋਰੇਸ਼ਨ ਤੋਂ ਵੀ ਕਿ ਜਿਹਦਾ ਸੀ ਐੱਲ ਯੂ ਵੀ ਅਤੇ ਨਕਸ਼ੇ ਵਗੈਰਾ ਵੀ ਪਾਸ ਨੇ ਪਰ ਬਣਾਉਣ ਵਾਲਿਆਂ ਦੀ ਨੈਗਲੀਜੈਂਸੀ ਬਹੁਤ ਆ ਜਿਨ੍ਹਾਂ ਨੇ ਮਤਲਬ ਵੀ ਏਡਾ ਵੱਡਾ ਫਾੜ ਜਿਹੜਾ ਪਿਆ ਠੇਕੇਦਾਰ ਨੂੰ ਚਾਹੀਦਾ ਸੀਗਾ ਜਿਹੜਾ ਬਿਲਡਿੰਗ ਬਣਾ ਰਿਹਾ ਵੀ ਸਭ ਤੋਂ ਪਹਿਲਾਂ ਪਿਛਲੀਆਂ ਬਿਲਡਾਂ ਨੂੰ ਬਿਲਡਿੰਗ ਨੂੰ ਪ੍ਰੋਟੈਕਟ ਕਰਦਾ ਉਹ ਥੋੜ੍ਹੀ ਜਿਹੀ ਨੈਗਲੀਜੈਂਸੀ ਕਰਕੇ ਜਿਹੜੀ ਭਾਰੀ ਬਰਸਾਤ ਅੱਜ ਹੋਈ ਆ ਉਹ ਜਦੋਂ ਭਰ ਗਈ ਬੇਸਮੈਂਟ ਇਹਨਾਂ ਦੀ ਅਤੇ ਉਹ ਸਾਰੇ ਘਰਾਂ ਨੂੰ ਜਿਹੜੇ 5-6 ਘਰ ਨੇ ਟੋਟਲ ਉਹਨਾਂ ਦੇ ਤਾਂ ਮੇਰੇ ਸਾਰੇ ਪਿੱਛੇ ਖੜ੍ਹੇ ਨੇ ਜਿਨ੍ਹਾਂ ਦੇ ਘਰ ਨੇ ਓਨਰ ਨੇ ਅਤੇ ਉਹ ਅਸੀਂ ਬੈਠ ਕੇ ਐਮੀਕੇਵਲੀ ਪਹਿਲਾਂ ਤਾਂ ਉਹਨਾਂ ਨਾਲ ਗੱਲ ਕੀਤੀ ਹੈਗੀ ਹੈ ਜਿਹੜੇ ਵੀ ਹੈਗੇ ਨੇ ਇਹਨਾਂ ਦਾ ਜੋ ਵੀ ਕੰਪਨਸੇਸ਼ਨ ਬਣਦੀ ਆ ਮੁਆਵਜ਼ਾ ਬਣਦਾ ਉਹ ਫੌਰੀ ਤੌਰ 'ਤੇ ਇਹਨਾਂ ਦੇ ਘਰ ਰਿਪੇਅਰ ਕਰਾ ਕੇ ਪਲੱਸ ਦਿੱਤੇ ਜਾਣਗੇ ਇੱਕ ਇਹਨਾਂ ਦਾ ਆਰਕੀਟੈਕਟ ਹੋਏਗਾ ਇੱਕ ਇਹਨਾਂ ਦਾ ਹੋਏਗਾ ਪ੍ਰੋਪਰ ਵੇ ਨਾਲ ਸਾਰਾ ਆਪਣੀ ਪਸੰਦ ਦਾ ਜੋ ਵੀ ਇਹਨਾਂ ਨੇ ਕੰਮ ਜਿੱਤੋ ਆਪਣੇ ਆਪ ਕਰਾਉਣਾ ਜਾਂ ਇਹ ਜਿਹੜੇ ਜਿਨ੍ਹਾਂ ਤੋਂ ਇਹਨਾਂ ਨੂੰ ਨੁਕਸਾਨ ਪਹੁੰਚਿਆ ਉਸ ਪਾਰਟੀ ਦੇ ਥਰੂ ਕਰਾਉਣਾ ਉਹਦੇ ਲਈ ਆਪਸੀ ਸਹਿਮਤੀ ਬਣਾ ਦਿੱਤੀ ਗਈ ਹੈਗੀ ਆ ਔਰ ਬੜੇ ਸੁਖਾਵੇਂ ਮਾਹੌਲ 'ਚ ਸਾਰੇ ਰੈਜੀਡੈਂਟਸ ਨੇ ਮਾਣ ਰੱਖਿਆ ਸਾਡਾ ਸਾਰਿਆਂ ਦਾ ਔਰ ਕਿਉਂਕਿ ਜਿਹੜਾ ਬੜਾ ਇੱਕ ਸੰਜੀਦਗੀ ਵਾਲਾ ਇਸ ਟਾਈਮ ਮਸਲਾ ਹੈਗਾ ਅਤੇ ਇਹਨੂੰ ਬੜੇ ਹੋਸ਼ੋ ਵਾਸਤੇ ਵੀ ਸਾਨੂੰ ਇਹ ਫੈਸਲਾ ਲਿਆ ਗਿਆ ਵੀ ਸਾਰਿਆਂ ਦੀ ਸਹਿਮਤੀ ਉਹਨਾਂ ਦੇ ਘਰਾਂ ਦੀ ਜੋ ਵੀ ਮੁਰੰਮਤ ਹੈਗੀ ਆ ਜੋ ਵੀ ਕੰਮ ਹੋਣ ਵਾਲਾ 6 ਘਰ ਨੇ ਅਜੇ 6 ਆਏ ਨੇ ਹਾਂ ਕੋਈ ਗੱਲ ਨਹੀਂ ਉਹ ਕਾਰਪੋਰੇਸ਼ਨ ਦੀਆਂ ਟੀਮਾਂ ਵੀ ਆਈਆਂ ਹੋਈਆਂ ਨੇ ਸੁਪਰ ਪੰਪ ਸਕਸ਼ਨ ਮਸ਼ੀਨਾਂ ਵੀ ਅਤੇ ਪੰਪ ਸਟੇਸ਼ਨ ਵੀ ਲੱਗ ਚੁੱਕੇ ਨੇ ਹਾਂ ਬੰਦਿਆਂ ਦੀ ਜਾਨੀ ਨੂੰ ਪਰਮਾਤਮਾ ਦਾ ਸ਼ੁਕਰ ਆ ਕਿਸੇ ਜੀ ਦੇ ਕੋਈ ਸੱਟ ਨਹੀਂ ਲੱਗੀ ਔਰ ਬਚਾਅ ਹੋ ਗਿਆ ਬਹੁਤ ਜਲਦੀ ਪਰਮਾਤਮਾ ਨੇ ਸਾਡੀ ਇਲਾਜ ਰੱਖੀ ਇਸ ਚੀਜ਼ ਦੀ ਅਤੇ ਹਾਂ ਬਾਰਿਸ਼ ਕਰਕੇ ਸਾਰਾ ਹੋਇਆ ਹੈਗਾ ਇੱਕੋ ਦਮ ਜਿਹੜੀ ਬੇਸਮੈਂਟ ਸੀਗੀ ਬੇਸਮੈਂਟ 'ਚ ਪਾਣੀ ਭਰਨ ਕਰਕੇ ਉਹ ਜਿਹੜੇ ਘਰ ਸੀਗੇ ਨਾਲ ਦੇ ਉਹਨਾਂ 'ਚ ਟਰੇਲਾਂ ਆ ਗਈਆਂ ਅਤੇ ਕੁਛ ਕੰਧਾਂ ਵੀ ਡਿੱਗੀਆਂ ਨੇ ਅਤੇ ਬਾਕੀ ਦੇਖਦੇ ਹਾਂ ਮੌਕੇ ਹਾਂ ਇਹਨਾਂ ਕੋਲ ਹੈਗੀ ਆ ਮੈਂ ਪਤਾ ਇੱਥੇ ATP ਸਾਹਿਬ ਖੜ੍ਹੇ ਬਾਕੀ ਤੁਸੀਂ ਨੋਮਜ਼ ਉਹਨਾਂ ਤੋਂ ਲੈ ਲਓ ਪਰ ਹਾਂ ਇਹ ਬਿਲਡਿੰਗ ਹੁਣ ਉਦੋਂ ਤੱਕ ਨਹੀਂ ਬਣੂਗੀ ਜਦ ਤੱਕ ਮਹੱਲਿਆਂ ਦੀ ਸਹਿਮਤੀ ਨਹੀਂ ਹੋਏਗੀ ਔਰ ਪਲੱਸ ਇਹਨਾਂ ਦੇ ਘਰਾਂ ਦੀ ਪਹਿਲਾਂ ਮੁਰੰਮਤ ਹੋ ਕੇ ਪ੍ਰੋਪਰ ਵੇ ਨਾਲ ਜਦ ਤੱਕ ਇਹ ਸਾਰੇ ਸੰਤੁਸ਼ਟ ਨਹੀਂ ਹੋਣਗੇ ਵੀ ਸਾਡੇ ਜੋ ਨੁਕਸਾਨ ਦੀ ਭਰਪਾਈ ਹੋਈ ਆ ਵੀ ਉਹ ਨੁਕਸਾਨ ਦੀ ਭਰਪਾਈ ਅਸੀਂ ਪੂਰੀ ਪ੍ਰੋਪਰ ਕਰਨ ਤੋਂ ਬਾਅਦ ਫਿਰ ਇੱਕ ਬੈਠ ਕੇ ਇਹਨਾਂ ਦਾ ਜਨਾਨੀ ਮਸਲੀ ਫੈਸਲਾ ਲਿਆ ਜਾਊਗਾ ਜਿੱਦਾਂ ਮੇਰਾ ਇਲਾਕਾ ਕਹੂਗਾ ਉਸ ਹਿਸਾਬ ਨਾਲ ਕੰਮ ਚੱਲੇਗਾ ਹਾਂ ਦੇਖੋ ਕੁਦਰਤ ਦਾ ਪ੍ਰਕੋਪਾ ਜਿਵੇਂ ਸਥਿਤੀ ਕਰ ਇੱਕੋ ਦਮ ਬਾਰਿਸ਼ ਦਾ ਸਵੇਰੇ 5 ਵਜੇ 6 ਵਜੇ ਚੱਲਣਾ ਔਰ 3 ਘੰਟਿਆਂ 'ਚ ਉਹਨਾਂ ਨੇ ਦੇਖੋ ਕਈ ਤਾਂ ਸੜਕਾਂ ਹੀ ਬੈਠ ਗਈਆਂ ਨੇ ਅੱਜ ਮਤਲਬ ਇੰਨੇ ਬੁਰੇ ਤਰੀਕੇ ਨਾਲ ਬਾਰਿਸ਼ ਪਈ ਹੈਗੀ ਆ ਅਤੇ ਅੱਜ ਤਾਂ ਇੱਥੇ ਪਹਿਲਾਂ ਇਹ ਤਾਂ ਅਲਾਰਮਿੰਗ ਹੈ ਸਾਨੂੰ ਪ੍ਰਸ਼ਾਸਨ ਨੂੰ ਇਹਦੇ ਵਿੱਚ ਅਲਰਟ ਰਹਿਣਾ ਪਏਗਾ ਖਾਸਕਰ ਬੁੱਢੇ ਨਾਲੇ ਦੇ ਉੱਤੇ ਖਾਸਕਰ ਜਿਹੜੀਆਂ ਸਾਡੇ ਵੱਡੇ ਡਾਟਸ ਕਮਜ਼ੋਰ ਹੋ ਚੁੱਕੇ ਨੇ ਜਿੱਥੇ ਕਿ ਪਿੱਛੇ ਵੀ ਟਰੱਕ ਟਰੁੱਕ ਤੁਹਾਨੂੰ ਪਤਾ ਧੱਸ ਕੇ ਇੱਕ ਵਾਰ ਡੈਥ ਵੀ ਹੋ ਗਈ ਸੀ ਉਹਨਾਂ ਚੀਜ਼ਾਂ 'ਤੇ ਸਾਡੀ ਵੀ ਹੁਣ ਪੈਣੀ ਨਜ਼ਰ ਰਹੇਗੀ ਕਿ ਕਿਤੇ ਵੀ ਕੋਈ ਅਣਸੁਖਾਣ ਵੀ ਘਟਨਾ ਨਾ ਵਾਪਰੇ ਅਤੇ ਜਾਨੀ ਨੁਕਸਾਨ ਨਾ ਹੋਵੇ
ਉਹਦੇ ਲਈ ਮੈਂ ਹੁਣ ਕਮਿਸ਼ਨਰ ਸਾਹਿਬ ਨਾਲ ਅਤੇ ਡੀ ਸੀ ਮੈਮ ਨਾਲ ਅਸੀਂ ਮੀਟਿੰਗ ਕਰਾਂਗੇ ਅੱਜ ਕਰਕੇ ਜੋ ਵੀ ਹੈਗਾ ਸਰ। ਪ੍ਰਸ਼ਾਸਨ ਪਹਿਲਾਂ ਤੋਂ ਕਹਿ ਰਿਹਾ ਵੀ ਤਿਆਰੀਆਂ ਸਾਡੀਆਂ ਮੁਕੰਮਲ ਨੇ, ਪਰ ਹਾਲਾਤ ਜਿਹੜੇ ਦੇਖਣ ਨੂੰ ਮਿਲੇ ਨੇ ਵੀ ਥੋੜ੍ਹੇ ਟਾਈਮ ਹੀ ਬਰਸਾਤ ਪਈ ਹੈ, ਮਾਨਸੂਨ ਦੇ ਵਿੱਚ ਲੱਗਦਾ ਕਿ ਬਹੁਤ ਵੀ ਵੱਡੀ ਅਣਗਹਿਲੀ ਜਿਹੜੀ ਅਧਿਕਾਰੀਆਂ। ਦੇਖੋ ਇਹਦੇ ਵਿੱਚ ਕੀ ਹੁੰਦਾ ਹੈਗਾ, ਕਈ ਤਰ੍ਹਾਂ ਦੀਆਂ ਅਣਗਹਿਲੀਆਂ ਨੇ, ਮੈਂ ਕਹਿਣ 'ਚ ਕੋਈ ਗੁਰੇਜ਼ ਨਹੀਂ ਕਰਾਂਗਾ, ਪ੍ਰਸ਼ਾਸਨ ਦੀਆਂ ਵੀ ਨੇ, ਸਾਡੇ ਲੋਕਾਂ ਦੀਆਂ ਵੀ ਨੇ। ਹਾਂਜੀ ਠੀਕ ਹੈ, ਕੁਛ ਸਾਡੇ ਲੋਕਾਂ ਨੂੰ ਸਿਵਲਾਈਜ਼ ਹੋਣਾ ਪਏਗਾ। ਆਪਾਂ ਜਗ੍ਹਾ ਜਗ੍ਹਾ ਟੋਆ ਪੱਟ ਲਿਆ, ਦੇਖਿਆ ਨਹੀਂ ਵੀ ਨੀਚੇ ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਹੈ ਨਾ। ਮਤਲਬ ਸਾਨੂੰ ਹਰ ਚੀਜ਼ ਦਾ ਕੁਛ ਵੀ ਕਰਨ ਤੋਂ ਪਹਿਲਾਂ ਉਹਦੀ ਸਟੱਡੀ ਕਰਨੀ ਚਾਹੀਦੀ ਵੀ ਅਸੀਂ ਇੱਥੇ ਆਹ ਚੀਜ਼ ਕਰਨ ਲੱਗੇ ਯਾਰ ਇਹਦਾ, ਕਿਉਂਕਿ ਅਰਥ ਦੇ ਨੀਚੇ ਕੀ ਹੈ ਤਾਂ ਪੱਟਣ ਤੋਂ ਬਾਅਦ ਪਤਾ ਲੱਗਦਾ। ਪਰ ਸਰ ਹਰ ਸਾਲ ਵੀ ਇਹੀ ਪ੍ਰੋਬਲਮ ਦੇਖਣ ਨੂੰ ਮਿਲਦੀਆਂ ਨੇ, ਹਰ ਜਗ੍ਹਾ ਹਰ ਵੇਰੀ ਪਾਣੀ ਭਰਦਾ ਵਾ ਲੋਕਾਂ ਨੂੰ। ਬਿਲਕੁਲ ਬਿਲਕੁਲ ਭਰਦਾ ਹੈਗਾ, ਕਿਉਂਕਿ ਇੱਕ ਲੁਧਿਆਣਾ ਜਿਹੜਾ ਹੈਗਾ, ਇੱਕ ਪੁਰਾਣਾ ਸ਼ਹਿਰ ਜਿਹੜਾ ਨਵਾਂ ਸ਼ਹਿਰ ਵਸਿਆ, ਇਹ ਸਾਰਾ ਤਕਰੀਬਨ ਮੇਰੇ ਹਿਸਾਬ ਨਾਲ ਅਨਪਲੈਨਡ 'ਚ ਹੀ ਆ ਜੀ। ਕੋਈ ਪ੍ਰੋਪਰ ਇਹਦੀ ਜੋ ਇਹਦੀ ਡਿਵੈਲਪਮੈਂਟ ਐਜ਼ ਏ ਸਮਾਰਟ ਸਿਟੀ ਹੋਣੀ ਚਾਹੀਦੀ ਸੀ, ਉਹ ਨਹੀਂ ਹੋਈ। ਹੁਣ ਕਿਸ ਤਰ੍ਹਾਂ ਦੇ ਆਦੇਸ਼ ਜਿਹੜੇ ਦਿੱਤੇ ਜਾਣਗੇ ਤਾਂ ਕਿ ਜਿਹੜੀਆਂ ਬਾਕੀ ਮੁਸ਼ਕਲਾਂ ਨਾ ਆਉਣ ਅੱਗੇ? ਉਹੀ ਆਦੇਸ਼ ਆ ਵੀ ਜਿੱਥੇ ਜਿੱਥੇ ਵੀ ਸਾਨੂੰ ਪ੍ਰੋਬਲਮਸ ਨਜ਼ਰ ਆਉਂਦੀਆਂ ਨੇ, ਕਿਤੇ ਵੀ ਮਤਲਬ ਲਾ ਲਓ ਵੀ ਕੋਈ ਸੜਕਾਂ ਵਾੜੀਆਂ ਨੇ, ਕਿਤੇ ਸਾਨੂੰ ਮੇਨ ਨਜ਼ਰ ਆ ਰਿਹਾ ਵੀ ਹੋਲ ਛੋਟਾ ਹੋ ਗਿਆ, ਉਹਨੂੰ ਇਮੀਡੀਏਟ ਪੱਟ ਕੇ ਥੱਲੇ ਦੇਖਿਆ ਜਾਏਗਾ ਵੀ ਕਿਤੇ ਕੱਲ੍ਹ ਨੂੰ ਪੱਟੀ ਕੋਈ ਸੁਕਾਵੀ ਘਟਣਾ ਨਾ ਵਾਪਰ ਜਾਵੇ। ਇਹ ਸਾਰੀਆਂ ਚੀਜ਼ਾਂ ਦੇ ਉੱਤੇ ਟੀਮ ਵਰਕ ਬਣਾ ਕੇ ਹਰ ਜ਼ੋਨ 'ਚ ਹਰ ਵਾਰਡ 'ਚ ਹਰ ਮੇਨ ਰੋਡ ਦੇ ਉੱਤੇ ਖਾਸ ਕਰਕੇ ਸਾਨੂੰ ਇਹਨਾਂ ਦੇ ਮਾਨਸੂਨ ਤੋਂ ਪਹਿਲਾਂ ਹੱਲ ਕਿਤੇ ਜਾਊਗਾ? ਬਿਲਕੁਲ ਆਪਾਂ ਤਾਂ ਕੋਸ਼ਿਸ਼ ਕਰ ਰਹੇ ਹਾਂ ਵੀ ਕਰਾਂਗੇ, ਕਿਉਂ ਨਹੀਂ ਕਰਾਂਗੇ ਜਿਸ ਤਰ੍ਹਾਂ ਹਰ ਵਾਰੀ ਓਵਰ। ਬਿਲਕੁਲ ਬੁੱਢਾ ਨਾਲਾ, ਬਿਲਕੁਲ ਉਹ ਸਾਡੇ ਲਈ ਬਹੁਤ ਵੱਡਾ ਇੱਕ ਚੈਲੇਂਜ ਆ ਪੰਜਾਬ ਲੁਧਿਆਣੇ ਵਾਲਿਆਂ ਵਾਸਤੇ ਵੀ, ਅਤੇ ਉਹਦੇ ਲਈ ਸਾਨੂੰ ਸਾਰਿਆਂ ਦਾ ਸਾਥ ਚਾਹੀਦਾ। ਪ੍ਰਸ਼ਾਸਨ ਤਾਂ ਕਰ ਹੀ ਰਿਹਾ, ਉਹਨਾਂ ਸਾਨੂੰ ਆਮ ਸੰਗਤ ਦਾ ਵੀ ਸਾਥ ਚਾਹੀਦਾ ਵਿੱਚ ਕੂੜਾ ਨਾ ਸੁੱਟ। ਸਰ ਬਿਲਡਿੰਗ ਨੂੰ ਲੈ ਕੇ ਕਾਫੀ ਘਰਾਂ ਦਾ ਨੁਕਸਾਨ ਹੋਇਆ, ਮੌਕੇ 'ਤੇ ਪਹੁੰਚੇ ਹੋ, ਕੀ ਸਾਹਮਣੇ ਆਇਆ? ਇਹ ਇੱਥੇ ਇੱਕ ਹੋਸਪਿਟਲ ਬਣ ਰਿਹਾ ਅਤੇ ਇਹਦੇ ਨਾਲ ਮਕਾਨ ਨੇ, ਅਤੇ ਇਹਦੇ ਬਾਰਿਸ਼ ਪੈਣ ਕਰਕੇ ਨਾ ਥੋੜ੍ਹਾ ਜਿਹਾ ਨੁਕਸਾਨ ਮਕਾਨਾਂ ਦਾ ਹੋ ਗਿਆ। ਜਿਸ ਸੰਬੰਧੀ ਅਜੇ ਸਾਨੂੰ ਕੋਈ ਕੰਪਲੇਂਟ ਨਹੀਂ ਮਸੂਲ ਹੋਈ, ਜੇ ਕੋਈ ਕੰਪਲੇਂਟ ਮਸੂਲ ਹੋਊਗੀ ਜਿਹੜਾ ਕਾਨੂੰਨ ਹੈ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਹੈ। ਅਤੇ ਹੁਣ ਤੁਸੀਂ ਮੌਕੇ 'ਤੇ ਪਹੁੰਚੇ ਹੋ, ਲੋਕਾਂ ਨੂੰ ਦੱਸ ਰਹੇ ਹੋ? ਲੋਕਾਂ ਨੂੰ ਤਾਂ ਲੋਕ ਤਾਂ ਅਸੀਂ ਪੁਲਿਸ ਲਾਈ ਹੈ, ਅਸੀਂ ਆਪ ਵੀ ਖੜ੍ਹੇ ਹਾਂ ਤਾਂ ਕਿ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ, ਲੋਕਾਂ ਨੂੰ ਜਾਣ ਤੋਂ ਰੋਕ ਰਹੇ ਹਾਂ, ਲੋਕਾਂ ਦੀ ਹਿਫਾਜ਼ਤ ਕਰ ਰਹੇ ਹਾਂ। ਕੋਈ ਵੱਡਾ ਹਾਦਸਾ ਤਾਂ ਨਹੀਂ ਹੋਇਆ? ਨਹੀਂ ਨਹੀਂ, ਅਜੇ ਬਚਾਅ ਹੋ ਗਿਆ, ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਲੇਕਿਨ ਬਿਲਡਿੰਗਾਂ ਦਾ ਨੁਕਸਾਨ ਹੋਇਆ। ਉਸ ਸੰਬੰਧੀ ਜਿਹੜੇ ਮਾਲਕ ਮਕਾਨ ਹੈ ਕੋਈ ਕੰਪਲੇਂਟ ਦੇਣਗੇ, ਉਹਦੇ ਕਾਨੂੰਨ ਅਨੁਸਾਰ ਉਹਨਾਂ ਦੀ ਕਾਰਵਾਈ ਕੀਤੀ। ਹੁਣ ਲੋਕਾਂ ਨਾਲ ਕੋਈ ਗੱਲਬਾਤ ਹੋਈ ਹੈ ਜੀ? ਜਿਹੜੀ ਕੋਈ ਸ਼ਿਕਾਇਤ MLA ਸਾਹਿਬ ਆਏ ਸੀ, ਉਹ ਲੋਕਾਂ ਦੀਆਂ ਉਹਨਾਂ ਨੇ ਗੱਲਾਂ ਸੁਣੀਆਂ ਨੇ, ਇਹਨਾਂ ਦਾ ਆਪਸ ਵਿੱਚ ਗੱਲਬਾਤ ਹੋ ਰਹੀ, ਕੰਪਰੋਮਾਈਜ਼ ਕਰਿਆ ਕਿ ਅਸੀਂ ਰਿਪੇਅਰ ਕਰਾ ਕੇ ਦੇਵਾਂਗੇ। ਉਹ ਕਮੇਟੀ ਗਠਿਤ ਹੋਈ ਹੈ, ਜੇ ਰਿਪੇਅਰ ਕਰਾ ਦੇਣਗੇ ਤਾਂ ਠੀਕ। ਸਰ ਕਿੰਨੇ ਕੁ ਵਜੇ ਪੁਲਿਸ ਨੂੰ ਜਾਣਕਾਰੀ ਮਿਲੀ, ਕਿੰਨੇ ਕੁ ਵਜੇ? ਪੁਲਿਸ ਤਾਂ ਸਵੇਰ ਦੀ ਖੜੀ ਹੈ ਜੀ। ਆਓ ਜੀ ਜਗਦੀ ਸਾਹਿਬ, ਨੇੜੇ ਪਾਉਂਦੇ ਹੀ ਨਹੀਂ ਇਹਦੇ। ਆਓ ਉਹ ਆਇਆ ਤੁਹਾਡੀ ਓਏ ਕੋਈ ਨੀ, ਅੰਦਰੋਂ ਕਰਾਂਗੇ। ਚੱਲ ਤੁਹਾਡਾ ਤਾਂ ਭਰਾ ਕੀ ਹੈ, ਆਹ ਪਾਣੀ ਇੱਥੋਂ ਐਂ ਜਾ ਰਿਹਾ ਜਿਵੇਂ ਪਹਾੜੀ ਝਰਨੇ ਨੀ ਥੱਲੇ ਬਹਿੰਦੇ ਹੁੰਦੇ ਸੀਵਰ ਵਾਲਾ, ਆਹ ਮਸ਼ੀਨ ਲੱਗੀ ਹੈ ਜਿੱਥੇ ਉਹ ਦੇਖ ਲਿਆ ਮੈਂ। ਮੇਰਾ ਨਾਮ ਜੀ ਹਰਵਿੰਦਰ ਸਿੰਘ, ਇਹ ਜੀ ਕੇ ਲੂਣੀ ਪੈਂਦੀ ਹੈ, ਪ੍ਰਕਾਸ਼ ਨਗਰ ਸਾਡੇ ਸਾਡੇ ਪਿੱਛੇ ਵੇ ਜਿਹਨਾਂ ਦਾ ਨੁਕਸਾਨ ਹੋਇਆ ਜਿੱਥੇ, ਅਤੇ ਮੈਂ ਪ੍ਰਕਾਸ਼ ਨਗਰ ਵੈਲਫੇਅਰ ਐਸੋਸੀਏਸ਼ਨ ਦਾ ਪ੍ਰਧਾਨ ਹਰਵਿੰਦਰ ਸਿੰਘ ਆ। ਬਾਰਿਸ਼ ਕਾਰਨ ਹੀ ਹੋਇਆ ਜੀ, ਇੱਕ ਇਹਨਾਂ ਨੇ ਇੰਨੀ ਵੱਡੀ ਬੇਸਮੈਂਟ ਫੱਟੀ, ਇਹ ਇਲੀਗਲ ਹੈ ਕਿਉਂਕਿ ਪਹਿਲੇ ਸਾਰਾ ਜਾਇਜ਼ਾ ਇਹਨਾਂ ਨੇ ਲੈਂਦੇ, ਜਿਹੜੇ ਵੱਡੇ ਇੰਜੀਨੀਅਰ ਨੇ ਇਹਨਾਂ ਕੋਲ ਨੇ
ਇਹ ਦੇਖ ਕੇ ਕਰਦੇ ਵੀ ਮਕਾਨ ਨੂੰ ਕੋਈ ਨੁਕਸਾਨ ਨਾ ਹੋਵੇ, ਕੱਲ ਨੂੰ ਬਰਸਾਤਾਂ ਦਾ ਮੌਸਮ ਆ ਰਿਹਾ, ਸੜਕ ਵੀ ਇੱਕ ਇਹਨਾਂ ਨੇ ਬੰਦ ਕੀਤੀ ਹੋਈ ਹੈ, ਇੱਕ ਹਦੂਦ ਉਹ ਹੈਗੀ ਹੈ। ਇਹ ਪ੍ਰਕਾਸ਼ ਨਗਰ ਪ੍ਰਕਾਸ਼ ਕਲੋਨੀ ਪੈਂਦੀ ਹੈ, ਪ੍ਰਕਾਸ਼ ਕਲੋਨੀ ਹੈ ਨਾ, ਪ੍ਰਕਾਸ਼ ਕਲੋਨੀ ਹੈ ਅਤੇ ਇਹਦੇ ਵਿੱਚ ਕੋਈ ਹੋਸਪਿਟਲ ਬਣ ਰਿਹਾ ਸੀਗਾ, ਜੋ ਮੈਂ ਪਤਾ ਕੀਤਾ ਕਾਰਪੋਰੇਸ਼ਨ ਤੋਂ ਵੀ ਕਿ ਜਿਹਦਾ ਸੀ ਐੱਲ ਯੂ ਵੀ ਅਤੇ ਨਕਸ਼ੇ ਵਗੈਰਾ ਵੀ ਪਾਸ ਨੇ, ਪਰ ਬਣਾਉਣ ਵਾਲਿਆਂ ਦੀ ਨੈਗਲੀਜੈਂਸੀ ਬਹੁਤ ਆ, ਜਿਨ੍ਹਾਂ ਨੇ ਮਤਲਬ ਏਡਾ ਵੱਡਾ ਫਾੜ ਜਿਹੜਾ ਪਿਆ, ਠੇਕੇਦਾਰ ਨੂੰ ਚਾਹੀਦਾ ਸੀਗਾ ਜਿਹੜਾ ਬਿਲਡਿੰਗ ਬਣਾ ਰਿਹਾ ਵੀ ਸਭ ਤੋਂ ਪਹਿਲਾਂ ਪਿਛਲੀਆਂ ਬਿਲਡਾਂ ਨੂੰ ਬਿਲਡਿੰਗ ਨੂੰ ਪ੍ਰੋਟੈਕਟ ਕਰਦਾ, ਉਹ ਥੋੜ੍ਹੀ ਜਿਹੀ ਨੈਗਲੀਜੈਂਸੀ ਕਰਕੇ ਜਿਹੜੀ ਭਾਰੀ ਬਰਸਾਤ ਅੱਜ ਹੋਈ ਆ ਉਹ ਜਦੋਂ ਭਰ ਗਈ ਬੇਸਮੈਂਟ ਇਹਨਾਂ ਦੀ ਅਤੇ ਉਹ ਸਾਰੇ ਘਰਾਂ ਨੂੰ ਜਿਹੜੇ 5-6 ਘਰ ਨੇ ਟੋਟਲ ਉਹਨਾਂ ਦੇ ਮੇਰੇ ਸਾਰੇ ਪਿੱਛੇ ਖੜ੍ਹੇ ਨੇ ਜਿਨ੍ਹਾਂ ਦੇ ਘਰ ਨੇ ਓਨਰ ਨੇ, ਅਤੇ ਉਹ ਅਸੀਂ ਬੈਠ ਕੇ ਐਵੇਂ ਕਈ ਵਾਰੀ ਪਹਿਲਾਂ ਤਾਂ ਉਹਨਾਂ ਨਾਲ ਗੱਲ ਕੀਤੀ ਹੈਗੀ ਹੈ, ਜਿਹੜੇ ਵੀ ਹੈਗੇ ਨੇ ਇਹਨਾਂ ਦਾ ਜੋ ਵੀ ਕੰਪਨਸੇਸ਼ਨ ਬਣਦੀ ਆ ਮੁਆਵਜ਼ਾ ਬਣਦਾ ਉਹ ਫੌਰੀ ਤੌਰ 'ਤੇ ਇਹਨਾਂ ਦੇ ਘਰ ਰਿਪੇਅਰ ਕਰਾ ਕੇ ਪਲੱਸ ਦਿੱਤੇ ਜਾਣਗੇ, ਕਿਹਨਾਂ ਦਾ ਆਰਕੀਟੈਕਟ ਹੋਏਗਾ, ਕਿਹਨਾਂ ਦਾ ਹੋਏਗਾ ਪ੍ਰੋਪਰ ਵੇ ਨਾਲ ਸਾਰਾ ਆਪਣੀ ਪਸੰਦ ਦਾ ਜੋ ਵੀ ਇਹਨਾਂ ਨੇ ਕੰਮ ਜਿੱਤੋ ਆਪਣੇ ਆਪ ਕਰਾਉਣਾ ਜਾਂ ਇਹ ਜਿਹੜੇ ਜਿਨ੍ਹਾਂ ਤੋਂ ਇਹਨਾਂ ਨੂੰ ਨੁਕਸਾਨ ਪਹੁੰਚਿਆ ਉਸ ਪਾਰਟੀ ਦੇ ਥਰੂ ਕਰਾਉਣਾ, ਉਹਦੇ ਲਈ ਆਪਸੀ ਸਹਿਮਤੀ ਬਣਾ ਦਿੱਤੀ ਗਈ ਹੈਗੀ ਆ, ਔਰ ਬੜੇ ਸੁਖਾਵੇਂ ਮਾਹੌਲ 'ਚ ਸਾਰੇ ਰੈਜੀਡੈਂਟਸ ਨੇ ਮਾਣ ਰੱਖਿਆ ਸਾਡਾ ਸਾਰਿਆਂ ਦਾ, ਔਰ ਕਿਉਂਕਿ ਜਿਹੜਾ ਬੜਾ ਇੱਕ ਸੰਜੀਦਗੀ ਵਾਲਾ ਇਸ ਟਾਈਮ ਮਸਲਾ ਹੈਗਾ, ਅਤੇ ਇਹਨੂੰ ਬੜੇ ਹੋਸ਼ੋ ਵਾਸਤੇ ਵੀ ਸਾਨੂੰ ਇਹ ਫੈਸਲਾ ਲਿਆ ਗਿਆ ਵੀ ਸਾਰਿਆਂ ਦੀ ਸਹਿਮਤੀ ਆ, ਉਹਨਾਂ ਦੇ ਘਰਾਂ ਦੀ ਜੋ ਵੀ ਮੁਰੰਮਤ ਹੈਗੀ ਆ ਜੋ ਵੀ ਕੰਮ ਹੋਣ ਵਾਲਾ 6 ਘਰ ਨੇ ਅਜੇ 6 ਆਏ ਨੇ। ਹਾਂ ਕੋਈ ਗੱਲ ਨਹੀਂ, ਉਹ ਕਾਰਪੋਰੇਸ਼ਨ ਦੀਆਂ ਟੀਮਾਂ ਵੀ ਆਈਆਂ ਹੋਈਆਂ ਨੇ, ਸੁਪਰ ਪੰਪ ਸਕਸ਼ਨ ਮਸ਼ੀਨਾਂ ਵੀ ਅਤੇ ਪੰਪ ਸਟੇਸ਼ਨ ਵੀ ਲੱਗ ਚੁੱਕੇ ਨੇ। ਹਾਂ ਬੰਦਿਆਂ ਦੀ ਜਾਨੀ ਨੂੰ ਪਰਮਾਤਮਾ ਦਾ ਸ਼ੁਕਰ ਆ, ਕਿਸੇ ਜੀ ਦੇ ਕੋਈ ਸੱਟ ਨਹੀਂ ਲੱਗੀ ਔਰ ਬਚਾਅ ਹੋ ਗਿਆ, ਬਹੁਤ ਜਲਦੀ ਪਰਮਾਤਮਾ ਨੇ ਸਾਡੀ ਇਲਾਜ ਰੱਖੀ ਇਸ ਚੀਜ਼ ਦੀ। ਅਤੇ ਹਾਂ ਬਾਰਿਸ਼ ਕਰਕੇ ਸਾਰਾ ਹੋਇਆ ਹੈਗਾ, ਇੱਕੋ ਦਮ ਜਿਹੜੀ ਬੇਸਮੈਂਟ ਸੀਗੀ ਬੇਸਮੈਂਟ 'ਚ ਪਾਣੀ ਭਰਨ ਕਰਕੇ ਉਹ ਜਿਹੜੇ ਘਰ ਸੀਗੇ ਨਾਲ ਦੇ ਉਹਨਾਂ 'ਚ ਟ੍ਰੇਨਾਂ ਆ ਗਈਆਂ ਅਤੇ ਕੁਛ ਕੰਧਾਂ ਵੀ ਡਿੱਗੀਆਂ ਨੇ ਅਤੇ ਬਾਕੀ ਦੇਖਦੇ ਹਾਂ ਮੌਕੇ। ਹਾਂ ਇਹਨਾਂ ਕੋਲ ਹੈਗੀ ਆ, ਮੈਂ ਪਤਾ ਇੱਥੇ ATP ਸਾਹਿਬ ਖੜ੍ਹੇ, ਬਾਕੀ ਤੁਸੀਂ ਨੋਮਸ ਉਹਨਾਂ ਤੋਂ ਲੈ ਲਓ, ਪਰ ਹਾਂ ਇਹ ਬਿਲਡਿੰਗ ਨੂੰ ਉਦੋਂ ਤੱਕ ਨਹੀਂ ਬਣੂਗੀ ਜਦ ਤੱਕ ਮਹੱਲਿਆਂ ਦੀ ਸਹਿਮਤੀ ਨਹੀਂ ਹੋਏਗੀ, ਔਰ ਪਲੱਸ ਇਹਨਾਂ ਦੇ ਘਰਾਂ ਦੀ ਪਹਿਲਾਂ ਮੁਰੰਮਤ ਹੋ ਕੇ ਪ੍ਰੋਪਰ ਵੇ ਨਾਲ, ਜਦ ਤੱਕ ਇਹ ਸਾਰੇ ਸੰਤੁਸ਼ਟ ਨਹੀਂ ਹੋਣਗੇ ਵੀ ਸਾਡੇ ਜੋ ਨੁਕਸਾਨ ਦੀ ਭਰਪਾਈ ਹੋਈ ਆ ਵੀ ਉਹ ਨੁਕਸਾਨ ਦੀ ਭਰਪਾਈ ਅਸੀਂ ਪੂਰੀ ਪ੍ਰੋਪਰ ਕਰਨ ਤੋਂ ਬਾਅਦ ਫਿਰ ਇੱਕ ਬੈਠ ਕੇ ਇਹਨਾਂ ਦਾ ਜਨਾਨੀ ਮਸਲੀ ਫੈਸਲਾ ਲਿਆ ਜਾਊਗਾ, ਜਿੱਦਾਂ ਮੇਰਾ ਇਲਾਕਾ ਕਹੂਗਾ ਉਸ ਹਿਸਾਬ ਨਾਲ ਕੀ ਕੰਮ ਚੱਲੇਗਾ। ਹਾਂ ਦੇਖੋ ਕੁਦਰਤ ਦਾ ਪ੍ਰਕੋਪਾ ਜਿਵੇਂ ਇੱਕਦਮ ਬਾਰਿਸ਼ ਦਾ ਸਵੇਰੇ 5-6 ਵਜੇ ਚੱਲਣਾ ਔਰ 3 ਘੰਟਿਆਂ 'ਚ ਉਹਨਾਂ ਨੇ ਦੇਖੋ ਕਈ ਤਾਂ ਸੜਕਾਂ ਹੀ ਬੈਠ ਗਈਆਂ ਨੇ ਅੱਜ, ਮਤਲਬ ਇੰਨੇ ਬੁਰੇ ਤਰੀਕੇ ਨਾਲ ਬਾਰਿਸ਼ ਪਈ ਹੈਗੀ ਆ, ਅਤੇ ਅੱਜ ਤਾਂ ਪਹਿਲਾਂ ਇਹ ਤਾਂ ਅਲਾਰਮਿੰਗ ਹੈ ਸਾਨੂੰ ਪ੍ਰਸ਼ਾਸਨ ਨੂੰ ਵੀ ਇਹਦੇ ਵਿੱਚ ਅਲਰਟ ਰਹਿਣਾ ਪਏਗਾ, ਖਾਸਕਰ ਬੁੱਢੇ ਨਾਲੇ ਦੇ ਉੱਤੇ ਖਾਸਕਰ ਜਿਹੜੀਆਂ ਸਾਡੇ ਵੱਡੇ ਡਾਟਸ ਕਮਜ਼ੋਰ ਹੋ ਚੁੱਕੇ ਨੇ, ਜਿੱਥੇ ਕਿ ਪਿੱਛੇ ਵੀ ਟਰੱਕ ਟਰੁੱਕ ਤੁਹਾਨੂੰ ਪਤਾ ਧੱਸ ਕੇ ਇੱਕ ਵਾਰ ਡੈਥ ਵੀ ਹੋ ਗਈ ਸੀ, ਉਹਨਾਂ ਚੀਜ਼ਾਂ 'ਤੇ ਸਾਡੀ ਵੀ ਹੁਣ ਪੈਣੀ ਨਜ਼ਰ ਰਹੇਗੀ ਕਿ ਕਿਤੇ ਵੀ ਕੋਈ ਅਣਸੁਖਾਣਵੀ ਘਟਨਾ ਨਾ ਵਾਪਰੇ ਅਤੇ ਜਾਨੀ ਨੁਕਸਾਨ ਨਾ ਹੋਵੇ। ਉਹਦੇ ਲਈ ਮੈਂ ਹੁਣ ਕਮਿਸ਼ਨਰ ਸਾਹਿਬ ਨਾਲ ਅਤੇ DC ਮੈਮ ਨਾਲ ਅਸੀਂ ਮੀਟਿੰਗ ਕਰਾਂਗੇ ਅੱਜ, ਕਰਕੇ ਜੋ ਵੀ ਹੈਗਾ ਸਰ ਪ੍ਰਸ਼ਾਸਨ ਪਹਿਲਾਂ ਤੋਂ ਕਹਿ ਰਿਹਾ ਵੀ ਤਿਆਰੀਆਂ ਸਾਡੀਆਂ ਮੁਕੰਮਲ ਨੇ, ਪਰ ਹਾਲਾਤ ਜਿਹੜੇ ਦੇਖਣ ਨੂੰ ਮਿਲੇ ਨੇ ਵੀ ਥੋੜ੍ਹੇ ਟਾਈਮ ਹੀ ਬਰਸਾਤ ਪਈ ਆ, ਮਾਨਸੂਨ ਦੇ ਵਿੱਚ ਲੱਗਦਾ ਕਿ ਬਹੁਤ ਵੀ ਵੱਡੀ ਅਣਗਹਿਲੀ ਜਿਹੜੀ ਅਧਿਕਾਰੀਆਂ। ਦੇਖੋ ਇਹਦੇ ਵਿੱਚ ਕੀ ਹੁੰਦਾ ਹੈਗਾ, ਕਈ ਤਰ੍ਹਾਂ ਦੀਆਂ ਅਣਗਹਿਲੀਆਂ ਨੇ, ਮੈਂ ਕਹਿਣ 'ਚ ਕੋਈ ਗੁਰੇਜ਼ ਨਹੀਂ ਕਰਾਂਗਾ, ਪ੍ਰਸ਼ਾਸਨ ਦੀਆਂ ਵੀ ਨੇ ਸਾਡੇ ਲੋਕਾਂ ਦੀਆਂ ਵੀ ਨੇ, ਹਾਂਜੀ ਠੀਕ ਹੈ। ਕੁਛ ਸਾਡੇ ਲੋਕਾਂ ਨੂੰ ਸਿਵਲਾਈਜ਼ ਹੋਣਾ ਪਏਗਾ, ਆਪਾਂ ਜਗ੍ਹਾ ਜਗ੍ਹਾ ਟੋਆ ਪੱਟ ਲਿਆ ਦੇਖਿਆ ਨਹੀਂ ਵੀ ਨੀਚੇ ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਹੈ ਨਾ, ਮਤਲਬ ਸਾਨੂੰ ਹਰ ਚੀਜ਼ ਦਾ ਕੁਛ ਵੀ ਕਰਨ ਤੋਂ ਪਹਿਲਾਂ ਉਹਦੀ ਸਟੱਡੀ ਕਰਨੀ ਚਾਹੀਦੀ ਵੀ ਅਸੀਂ ਇੱਥੇ ਆਹ ਚੀਜ਼ ਕਰਨ ਲੱਗੇ ਯਾਰ, ਇਹਦਾ ਕਿਉਂਕਿ ਅਰਥ ਦੇ ਨੀਚੇ ਕੀ ਹੈ ਤਾਂ ਪੱਟਣ ਤੋਂ ਬਾਅਦ ਪਤਾ ਲੱਗਦਾ। ਪਰ ਸਰ ਹਰ ਸਾਲ ਵੀ ਇਹੀ ਪ੍ਰੋਬਲਮ ਦੇਖਣ ਨੂੰ ਮਿਲਦੀਆਂ ਨੇ, ਹਰ ਜਗ੍ਹਾ ਹਰ ਵੇਰੀ ਪਾਣੀ ਭਰਦਾ ਵਾ ਲੋਕਾਂ ਨੂੰ। ਬਿਲਕੁਲ ਬਿਲਕੁਲ ਭਰਦਾ ਹੈਗਾ, ਕਿਉਂਕਿ ਇੱਕ ਲੁਧਿਆਣਾ ਜਿਹੜਾ ਹੈਗਾ, ਇੱਕ ਇਹ ਪੁਰਾਣਾ ਸ਼ਹਿਰ ਜਿਹੜਾ ਨਵਾਂ ਸ਼ਹਿਰ ਵਸਿਆ, ਇਹ ਸਾਰਾ ਤਕਰੀਬਨ ਮੇਰੇ ਹਿਸਾਬ ਨਾਲ ਅਨਪਲੈਨ 'ਚ ਹੀ ਆ ਜੀ, ਕੋਈ ਪ੍ਰੋਪਰ ਇਹਦੀ ਜੋ ਇਹਦੀ ਡਿਵੈਲਪਮੈਂਟ ਐਜ ਏ ਸਮਾਰਟ ਸਿਟੀ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ।
ਹੁਣ ਕਿਸ ਤਰ੍ਹਾਂ ਦੇ ਆਦੇਸ਼ ਜਿਹੜੇ ਦਿੱਤੇ ਜਾਣਗੇ ਤਾਂ ਕਿ ਜਿਹੜੀਆਂ ਬਾਕੀ ਮੁਸ਼ਕਲਾਂ ਨਾ ਆਉਣ ਅੱਗੇ? ਉਹੀ ਆਦੇਸ਼ ਆ ਵੀ ਜਿੱਥੇ ਇੱਥੇ ਵੀ ਸਾਨੂੰ ਪ੍ਰੋਬਲਮਸ ਨਜ਼ਰ ਆਉਂਦੀਆਂ ਨੇ, ਕਿਤੇ ਵੀ ਮਤਲਬ ਲਾ ਲਓ ਵੀ ਕੋਈ ਸੜਕਾਂ ਵਾੜੀਆਂ ਨੇ, ਕਿਤੇ ਸਾਨੂੰ ਮੇਨ ਨਜ਼ਰ ਆ ਰਿਹਾ ਵੀ ਹੋਲ ਛੋਟਾ ਹੋ ਗਿਆ, ਉਹਨੂੰ ਇਮੀਡੀਏਟ ਪੱਟ ਕੇ ਥੱਲੇ ਦੇਖਿਆ ਜਾਏਗਾ ਵੀ ਕਿਤੇ ਕੱਲ੍ਹ ਨੂੰ ਪੱਟੀ ਕੋਈ ਸੁਖਾਵੀ ਘਟਨਾ ਨਾ ਵਾਪਰ ਜਾਵੇ। ਇਹ ਸਾਰੀਆਂ ਚੀਜ਼ਾਂ ਦੇ ਉੱਤੇ ਟੀਮ ਵਰਕ ਬਣਾ ਕੇ ਹਰ ਜ਼ੋਨ 'ਚ, ਹਰ ਵਾਰਡ 'ਚ, ਹਰ ਮੇਨ ਰੋਡ ਦੇ ਉੱਤੇ ਖਾਸ ਕਰਕੇ ਸਾਨੂੰ ਇਹਨਾਂ ਦੇ ਮਾਨਸੂਨ ਤੋਂ ਪਹਿਲਾਂ ਹੱਲ ਕੀਤਾ ਜਾਊਗਾ? ਬਿਲਕੁਲ, ਆਪਾਂ ਤਾਂ ਕੋਸ਼ਿਸ਼ ਕਰ ਰਹੇ ਹਾਂ ਵੀ ਕਰਾਂਗੇ, ਕਿਉਂ ਨਹੀਂ ਕਰਨਾ ਜਿਸ ਤਰ੍ਹਾਂ ਹਰ ਵਾਰੀ ਓਵਰ। ਬਿਲਕੁਲ ਬੁੱਟਾ ਨਾਲਾ, ਬਿਲਕੁਲ ਉਹ ਸਾਡੇ ਲਈ ਬਹੁਤ ਵੱਡਾ ਇੱਕ ਚੈਲੇਂਜ ਆ ਪੰਜਾਬ ਲੁਧਿਆਣੇ ਵਾਲਿਆਂ ਵਾਸਤੇ ਵੀ, ਅਤੇ ਉਹਦੇ ਲਈ ਸਾਨੂੰ ਸਾਰਿਆਂ ਦਾ ਸਾਥ ਚਾਹੀਦਾ। ਪ੍ਰਸ਼ਾਸਨ ਤਾਂ ਕਰੀ ਆ, ਉਹਨਾਂ ਸਾਨੂੰ ਆਮ ਸੰਗਤ ਦਾ ਵੀ ਸਾਥ ਚਾਹੀਦਾ ਵਿੱਚ ਕੂੜਾ ਨਾ ਸੁੱਟ। ਸਰ, ਬਿਲਡਿੰਗ ਨੂੰ ਲੈ ਕੇ ਕਾਫੀ ਘਰਾਂ ਦਾ ਨੁਕਸਾਨ ਹੋਇਆ, ਮੌਕੇ 'ਤੇ ਪਹੁੰਚੇ ਹੋ, ਕੀ ਸਾਹਮਣੇ ਆਇਆ? ਇਹ ਇੱਥੇ ਇੱਕ ਹੋਸਪਿਟਲ ਬਣ ਰਿਹਾ ਅਤੇ ਇਹਦੇ ਨਾਲ ਮਕਾਨ ਨੇ, ਅਤੇ ਇਹਦੇ ਬਾਰਿਸ਼ ਪੈਣ ਕਰਕੇ ਨਾ ਥੋੜ੍ਹਾ ਜਿਹਾ ਨੁਕਸਾਨ ਮਕਾਨਾਂ ਦਾ ਹੋ ਗਿਆ, ਜਿਸ ਸੰਬੰਧੀ ਅਜੇ ਸਾਨੂੰ ਕੋਈ ਕੰਪਲੇਂਟ ਨਹੀਂ ਮਸੂਲ ਹੋਈ। ਜੇ ਕੋਈ ਕੰਪਲੇਂਟ ਮਸੂਲ ਹੋ ਗਈ, ਜਿਹੜਾ ਕਾਨੂੰਨ ਹੈ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਹੈ। ਅਤੇ ਹੁਣ ਤੁਸੀਂ ਮੌਕੇ 'ਤੇ ਪਹੁੰਚੇ ਹੋ, ਲੋਕਾਂ ਨੂੰ ਦੱਸ ਰਹੇ ਹੋ? ਲੋਕਾਂ ਨੂੰ ਤਾਂ ਲੋਕ ਤਾਂ ਅਸੀਂ ਪੁਲਿਸ ਲਾਈ ਹੈ, ਅਸੀਂ ਆਪ ਵੀ ਖੜ੍ਹੇ ਹਾਂ ਤਾਂ ਕਿ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ, ਲੋਕਾਂ ਨੂੰ ਜਾਣ ਤੋਂ ਰੋਕ ਰਹੇ ਹਾਂ, ਲੋਕਾਂ ਦੀ ਹਿਫਾਜ਼ਤ ਕਰ ਰਹੇ ਹਾਂ। ਕੋਈ ਵੱਡਾ ਹਾਦਸਾ ਤਾਂ ਨਹੀਂ ਹੋਇਆ? ਨਹੀਂ ਨਹੀਂ, ਅਜੇ ਬਚਾਅ ਹੋ ਗਿਆ, ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਲੇਕਿਨ ਬਿਲਡਿੰਗਾਂ ਦਾ ਨੁਕਸਾਨ ਹੋਇਆ। ਉਸ ਸੰਬੰਧੀ ਜਿਹੜੇ ਮਾਲਕ ਮਕਾਨ ਹੈ ਕੋਈ ਕੰਪਲੇਂਟ ਦੇਣਗੇ, ਉਹਦੇ ਕਾਨੂੰਨ ਅਨੁਸਾਰ ਉਹਨਾਂ ਦੀ ਕਾਰਵਾਈ ਕੀਤੀ। ਹੁਣ ਲੋਕਾਂ ਨਾਲ ਕੋਈ ਗੱਲਬਾਤ ਹੋਈ ਹੈ ਜੀ? ਜਿਹੜੀ ਕੋਈ ਸ਼ਿਕਾਇਤ MLA ਸਾਹਿਬ ਆਏ ਸੀ, ਉਹ ਲੋਕਾਂ ਦੀਆਂ ਉਹਨਾਂ ਨੇ ਗੱਲਾਂ ਸੁਣੀਆਂ ਨੇ, ਇਹਨਾਂ ਦਾ ਆਪਸ ਵਿੱਚ ਗੱਲਬਾਤ ਹੋ ਰਹੀ, ਕੰਪਰੋਮਾਈਜ਼ ਕਰਿਆ ਕਿ ਅਸੀਂ ਰਿਪੇਅਰ ਕਰਾ ਕੇ ਦੇਵਾਂਗੇ। ਉਹ ਕਮੇਟੀ ਗਠਿਤ ਹੋਈ ਹੈ, ਜੇ ਰਿਪੇਅਰ ਕਰਾ ਦੇਣਗੇ ਤਾਂ ਠੀਕ। ਕਿੰਨੇ ਕੁ ਵਜੇ ਪੁਲਿਸ ਨੂੰ ਜਾਣਕਾਰੀ ਮਿਲੀ? ਕਿੰਨੇ ਕੁ ਵਜੇ? ਪੁਲਿਸ ਤਾਂ ਸਵੇਰ ਦੀ ਖੜੀ ਹੈ ਜੀ। ਆਓ ਜੀ ਜਗਦੀ ਸਾਹਿਬ, ਮੇਰੇ ਤਾਂ ਡੇਢ ਪਾਉਂਦੇ ਹੀ ਨਹੀਂ ਇਹ। ਆਓ, ਉਹ ਆਇਆ ਤੁਹਾਡੀ ਓਏ ਕੋਈ ਨੀ, ਅੰਦਰੋਂ ਕਰਾਂਗੇ। ਚਲ, ਤੁਹਾਡਾ ਤਾਂ ਭਰਾ ਕੀ ਹੈ? ਆਹ ਪਾਣੀ ਇੱਥੋਂ ਐਂ ਜਾ ਰਿਹਾ ਜਿਵੇਂ ਪਹਾੜੀ ਝਰਨੇ ਨੀ ਥੱਲੇ ਬਹਿੰਦੇ ਹੁੰਦੇ ਸੀਵਰ ਵਾਲਾ, ਆਹ ਮਸ਼ੀਨ ਲੱਗੀ ਹੈ ਜਿੱਥੇ, ਉਹ ਦੇਖ ਲਿਆ ਮੈਂ। ਮੇਰਾ ਨਾਮ ਜੀ ਹਰਵਿੰਦਰ ਸਿੰਘ, ਇਹ ਜੀ ਕੇ ਲੂਣੀ ਪੈਂਦੀ ਹੈ, ਪ੍ਰਕਾਸ਼ ਨਗਰ ਸਾਡੇ ਸਾਡੇ ਪਿੱਛੇ ਹੋਏ ਜਿਹਨਾਂ ਦਾ ਨੁਕਸਾਨ ਹੋਇਆ ਜਿੱਥੇ, ਅਤੇ ਮੈਂ ਪ੍ਰਕਾਸ਼ ਨਗਰ ਵੈਲਫੇਅਰ ਐਸੋਸੀਏਸ਼ਨ ਦਾ ਪ੍ਰਧਾਨ ਹਰਵਿੰਦਰ ਸਿੰਘ ਆ। ਬਾਰਿਸ਼ ਕਾਰਨ ਹੀ ਹੋਇਆ ਜੀ, ਇੱਕ ਇਹਨਾਂ ਨੇ ਇੰਨੀ ਵੱਡੀ ਬੇਸਮੈਂਟ ਫੱਟੀ, ਇਹ ਇਲੀਗਲ ਹੈ ਕਿਉਂਕਿ ਪਹਿਲੇ ਸਾਰਾ ਜਾਇਜ਼ਾ ਇਹਨਾਂ ਨੇ ਲੈਂਦੇ, ਜਿਹੜੇ ਵੱਡੇ ਇੰਜੀਨੀਅਰ ਨੇ ਇਹਨਾਂ ਕੋਲ ਨੇ, ਇਹ ਦੇਖ ਕੇ ਕਰਦੇ ਵੀ ਮਕਾਨ ਨੂੰ ਕੋਈ ਨੁਕਸਾਨ ਨਾ ਹੋਵੇ, ਕੱਲ੍ਹ ਨੂੰ ਬਰਸਾਤਾਂ ਮੌਸਮ ਆ ਰਿਹਾ। ਸੜਕ ਵੀ ਇੱਕ ਇਹਨਾਂ ਨੇ ਬੰਦ ਕੀਤੀ ਹੋਈ ਹੈ, ਇੱਕ ਹਦੂਦ ਉਹ ਹੈਗੀ ਹੈ। ਇਹ ਪ੍ਰਕਾਸ਼ ਨਗਰ, ਪ੍ਰਕਾਸ਼ ਕਲੋਨੀ ਪੈਂਦੀ ਹੈ, ਪ੍ਰਕਾਸ਼ ਕਲੋਨੀ ਹੈ ਨਾ, ਪ੍ਰਕਾਸ਼ ਕਲੋਨੀ ਹੈ, ਅਤੇ ਇਹਦੇ ਵਿੱਚ ਕੋਈ ਹੋਸਪਿਟਲ ਬਣ ਰਿਹਾ ਸੀਗਾ, ਜੋ ਮੈਂ ਪਤਾ ਕੀਤਾ ਕਾਰਪੋਰੇਸ਼ਨ ਤੋਂ ਵੀ ਕਿ ਜਿਹਦਾ CLU ਵੀ ਅਤੇ ਨਕਸ਼ੇ ਵਗੈਰਾ ਵੀ ਪਾਸ ਨੇ, ਪਰ ਬਣਾਉਣ ਵਾਲਿਆਂ ਦੀ ਨੈਗਲੀਜੈਂਸੀ ਬਹੁਤ ਆ, ਜਿਨ੍ਹਾਂ ਨੇ ਮਤਲਬ ਵੀ ਐਡਾ ਵੱਡਾ ਫਾੜ ਜਿਹੜਾ ਪਿਆ, ਠੇਕੇਦਾਰ ਨੂੰ ਚਾਹੀਦਾ ਸੀਗਾ ਜਿਹੜਾ ਬਿਲਡਿੰਗ ਬਣਾ ਰਿਹਾ ਵੀ ਸਭ ਤੋਂ ਪਹਿਲਾਂ ਪਿਛਲੀਆਂ ਬਿਲਡਾਂ ਨੂੰ, ਬਿਲਡਿੰਗ ਨੂੰ ਪ੍ਰੋਟੈਕਟ ਕਰਦਾ, ਉਹ ਥੋੜ੍ਹੀ ਜਿਹੀ ਨੈਗਲੀਜੈਂਸੀ ਜਿਹੜੀ ਭਾਰੀ ਬਰਸਾਤ ਅੱਜ ਹੋਈ ਆ, ਉਹ ਜਦੋਂ ਭਰ ਗਈ ਬੇਸਮੈਂਟ ਇਹਨਾਂ ਦੀ, ਅਤੇ ਉਹ ਸਾਰੇ ਘਰਾਂ ਨੂੰ, ਜਿਹੜੇ 5-6 ਘਰ ਨੇ ਟੋਟਲ, ਉਹਨਾਂ ਦੇ ਬਾਅਦ ਮੇਰੇ ਸਾਰੇ ਪਿੱਛੇ ਖੜ੍ਹੇ ਨੇ ਜਿਨ੍ਹਾਂ ਦੇ ਘਰ ਨੇ ਓਨਰ ਨੇ, ਅਤੇ ਉਹ ਅਸੀਂ ਬੈਠ ਕੇ MEKVD ਪਹਿਲਾਂ ਤਾਂ ਉਹਨਾਂ ਨਾਲ ਗੱਲ ਕੀਤੀ ਹੈਗੀ ਹੈ, ਜਿਹੜੇ ਵੀ ਹੈਗੇ ਨੇ ਇਹਨਾਂ ਦਾ ਜੋ ਵੀ ਕੰਪਨਸੇਸ਼ਨ ਬਣਦੀ ਆ, ਮੁਆਵਜ਼ਾ ਬਣਦਾ, ਉਹ ਫੌਰੀ ਤੌਰ 'ਤੇ ਇਹਨਾਂ ਦੇ ਘਰ ਰਿਪੇਅਰ ਕਰਾ ਕੇ ਪਲੱਸ ਦਿੱਤੇ ਜਾਣਗੇ, ਕਿਹਨਾਂ ਦਾ ਆਰਕੀਟੈਕਟ ਹੋਏਗਾ, ਕਿਹਨਾਂ ਦਾ ਹੋਏਗਾ, ਪ੍ਰੋਪਰ ਵੇ ਨਾਲ ਸਾਰਾ ਆਪਣੀ ਪਸੰਦ ਦਾ ਜੋ ਵੀ ਇਹਨਾਂ ਨੇ ਕੰਮ ਜਿੱਤੋ ਆਪਣੇ ਆਪ ਕਰਾਉਣਾ ਜਾਂ
ਇਹ ਜਿਹੜੇ ਜਿਨ੍ਹਾਂ ਤੋਂ ਇਹਨਾਂ ਨੂੰ ਨੁਕਸਾਨ ਪਹੁੰਚਿਆ ਉਸ ਪਾਰਟੀ ਦੇ ਥਰੂ ਕਰਾਉਣਾ, ਉਹਦੇ ਲਈ ਆਪਸੀ ਸਹਿਮਤੀ ਬਣਾ ਦਿੱਤੀ ਗਈ ਹੈਗੀ ਆ ਔਰ ਬੜੇ ਸੁਖਾਵੇਂ ਮਾਹੌਲ 'ਚ ਸਾਰੇ ਰੈਜੀਡੈਂਟਸ ਨੇ ਮਾਣ ਰੱਖਿਆ ਸਾਡਾ ਸਾਰਿਆਂ ਦਾ। ਔਰ ਕਿਉਂਕਿ ਜਿਹੜਾ ਬੜਾ ਇੱਕ ਸੰਜੀਦਗੀ ਵਾਲਾ ਇਸ ਟਾਈਮ ਮਸਲਾ ਹੈਗਾ, ਅਤੇ ਇਹਨੂੰ ਬੜੇ ਹੋਸ਼ੋ ਵਾਸਤੇ ਵੀ ਸਾਨੂੰ ਇਹ ਫੈਸਲਾ ਲਿਆ ਗਿਆ ਵੀ ਸਾਰਿਆਂ ਦੀ ਸਹਿਮਤੀ, ਉਹਨਾਂ ਦੇ ਘਰਾਂ ਦੀ ਜੋ ਵੀ ਮੁਰੰਮਤ ਹੈਗੀ ਆ, ਜੋ ਵੀ ਕੰਮ ਹੋਣ ਵਾਲਾ, 6 ਘਰ ਨੇ ਅਜੇ 6 ਆਏ ਨੇ। ਹਾਂ ਕੋਈ ਗੱਲ ਨਹੀਂ, ਉਹ ਕਾਰਪੋਰੇਸ਼ਨ ਦੀਆਂ ਟੀਮਾਂ ਵੀ ਆਈਆਂ ਹੋਈਆਂ ਨੇ, ਸੁਪਰ ਪੰਪ ਸਕਸ਼ਨ ਮਸ਼ੀਨਾਂ ਵੀ ਅਤੇ ਪੰਪ ਸਟੇਸ਼ਨ ਵੀ ਲੱਗ ਚੁੱਕੇ ਨੇ। ਹਾਂ ਬੰਦਿਆਂ ਦੇ ਜਾਨੀ ਨੂੰ ਪਰਮਾਤਮਾ ਦਾ ਸ਼ੁਕਰ ਆ, ਕਿਸੇ ਜੀ ਦੇ ਕੋਈ ਸੱਟ ਨਹੀਂ ਲੱਗੀ ਔਰ ਬਚਾਅ ਹੋ ਗਿਆ। ਬਹੁਤ ਜਲਦੀ ਪਰਮਾਤਮਾ ਨੇ ਸਾਡੀ ਇਲਾਜ ਰੱਖੀ ਇਸ ਚੀਜ਼ ਦੀ, ਅਤੇ ਹਾਂ ਬਾਰਿਸ਼ ਕਰਕੇ ਸਾਰਾ ਹੋਇਆ ਹੈਗਾ। ਇੱਕੋ ਦਮ ਜਿਹੜੀ ਬੇਸਮੈਂਟ ਸੀਗੀ, ਬੇਸਮੈਂਟ 'ਚ ਪਾਣੀ ਭਰਨ ਕਰਕੇ ਉਹ ਜਿਹੜੇ ਘਰ ਸੀਗੇ ਨਾਲ ਦੇ ਉਹਨਾਂ 'ਚ ਟ੍ਰੇਨਾਂ ਆ ਗਈਆਂ ਅਤੇ ਕੁਛ ਕੰਧਾਂ ਵੀ ਡਿੱਗੀਆਂ ਨੇ, ਅਤੇ ਬਾਕੀ ਦੇਖਦੇ ਹਾਂ ਮੌਕੇ। ਹਾਂ ਇਹਨਾਂ ਕੋਲ ਹੈਗੀ ਆ, ਮੈਂ ਪਤਾ ਇੱਥੇ ATP ਸਾਹਿਬ ਖੜ੍ਹੇ, ਬਾਕੀ ਤੁਸੀਂ ਨੋਮਸ ਉਹਨਾਂ ਤੋਂ ਲੈ ਲਓ। ਪਰ ਹਾਂ ਇਹ ਬਿਲਡਿੰਗ ਹੁਣ ਉਦੋਂ ਤੱਕ ਨਹੀਂ ਬਣੂਗੀ ਜਦ ਤੱਕ ਮਹੱਲਿਆਂ ਦੀ ਸਹਿਮਤੀ ਨਹੀਂ ਹੋਏਗੀ, ਔਰ ਪਲੱਸ ਇਹਨਾਂ ਦੇ ਘਰਾਂ ਦੀ ਪਹਿਲਾਂ ਮੁਰੰਮਤ ਹੋ ਕੇ ਪ੍ਰੋਪਰ ਵੇ ਨਾਲ, ਜਦ ਤੱਕ ਇਹ ਸਾਰੇ ਸੰਤੁਸ਼ਟ ਨਹੀਂ ਹੋਣਗੇ ਵੀ ਸਾਡੇ ਜੋ ਨੁਕਸਾਨ ਦੀ ਭਰਪਾਈ ਹੋਈ ਆ, ਵੀ ਉਹ ਨੁਕਸਾਨ ਦੀ ਭਰਪਾਈ ਅਸੀਂ ਪੂਰੀ ਪ੍ਰੋਪਰ ਕਰਨ ਤੋਂ ਬਾਅਦ ਫਿਰ ਇੱਕ ਬੈਠ ਕੇ ਇਹਨਾਂ ਦਾ ਯੂਨਾਨੀ ਮਸਲੀ ਫੈਸਲਾ ਲਿਆ ਜਾਊਗਾ। ਜਿੱਦਾਂ ਮੇਰਾ ਇਲਾਕਾ ਕਹੂਗਾ ਉਸ ਹਿਸਾਬ ਨਾਲ ਕੀ ਕੰਮ ਚੱਲੇਗਾ। ਹਾਂ ਦੇਖੋ ਕੁਦਰਤ ਦਾ ਪ੍ਰਕੋਪਾ ਜਿਵੇਂ ਸਥਿਤੀ ਕਰ, ਇੱਕੋਦਮ ਬਾਰਿਸ਼ ਦਾ ਸਵੇਰੇ 5 ਵਜੇ 6 ਵਜੇ ਚੱਲਣਾ, ਔਰ 3 ਘੰਟਿਆਂ 'ਚ ਉਹਨਾਂ ਨੇ ਦੇਖੋ ਕਈ ਤਾਂ ਸੜਕਾਂ ਹੀ ਬੈਠ ਗਈਆਂ ਨੇ ਅੱਜ, ਮਤਲਬ ਇੰਨੇ ਬੁਰੇ ਤਰੀਕੇ ਨਾਲ ਬਾਰਿਸ਼ ਪਈ ਹੈਗੀ ਆ। ਅਤੇ ਅੱਜ ਤਾਂ ਪਹਿਲਾਂ ਇਹ ਤਾਂ ਅਲਾਰਮਿੰਗ ਹੈ ਸਾਨੂੰ, ਸਾਨੂੰ ਪ੍ਰਸ਼ਾਸਨ ਨੂੰ ਇਹਦੇ ਵਿੱਚ ਅਲਰਟ ਰਹਿਣਾ ਪਏਗਾ, ਖਾਸਕਰ ਬੁੱਢੇ ਨਾਲੇ ਦੇ ਉੱਤੇ, ਖਾਸਕਰ ਜਿਹੜੀਆਂ ਸਾਡੇ ਵੱਡੇ ਡਾਟਸ ਕਮਜ਼ੋਰ ਹੋ ਚੁੱਕੇ ਨੇ, ਜਿੱਥੇ ਕਿ ਪਿੱਛੇ ਵੀ ਟਰੱਕ ਟਰੁੱਕ ਤੁਹਾਨੂੰ ਪਤਾ ਧੱਸ ਕੇ ਇੱਕ ਵਾਰ ਡੈਥ ਵੀ ਹੋ ਗਈ ਸੀ, ਉਹਨਾਂ ਚੀਜ਼ਾਂ 'ਤੇ ਸਾਡੀ ਵੀ ਹੁਣ ਪੈਣੀ ਨਜ਼ਰ ਰਹੇਗੀ ਕਿ ਕਿਤੇ ਵੀ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਅਤੇ ਜਾਨੀ ਨੁਕਸਾਨ ਨਾ ਹੋਵੇ। ਉਹਦੇ ਲਈ ਮੈਂ ਹੁਣ ਕਮਿਸ਼ਨਰ ਸਾਹਿਬ ਨਾਲ ਅਤੇ DC ਮੈਮ ਨਾਲ ਅਸੀਂ ਮੀਟਿੰਗ ਕਰਾਂਗੇ ਅੱਜ, ਕਰਕੇ ਜੋ ਵੀ ਹੈਗਾ। ਸਰ ਪ੍ਰਸ਼ਾਸਨ ਪਹਿਲਾਂ ਤੋਂ ਕਹਿ ਰਿਹਾ ਵੀ ਤਿਆਰੀਆਂ ਸਾਡੀਆਂ ਮੁਕੰਮਲ ਨੇ, ਪਰ ਹਾਲਾਤ ਜਿਹੜੇ ਦੇਖਣ ਨੂੰ ਮਿਲੇ ਨੇ ਵੀ ਥੋੜ੍ਹੇ ਟਾਈਮ ਬਰਸਾਤ ਪਈ ਆ, ਮਾਨਸੂਨ ਦੇ ਵਿੱਚ ਲੱਗਦਾ ਕਿ ਬਹੁਤ ਵੀ ਵੱਡੀਆਂ ਅਣਗਹਿਲੀ ਜਿਹੜੀ ਅਧਿਕਾਰੀਆਂ। ਦੇਖੋ ਇਹਦੇ ਵਿੱਚ ਕੀ ਹੁੰਦਾ ਹੈਗਾ, ਕਈ ਤਰ੍ਹਾਂ ਦੀਆਂ ਅਣਗਹਿਲੀਆਂ ਨੇ, ਮੈਂ ਕਹਿਣ 'ਚ ਕੋਈ ਗੁਰੇਜ਼ ਨਹੀਂ ਕਰਾਂਗਾ, ਪ੍ਰਸ਼ਾਸਨ ਦੀਆਂ ਵੀ ਨੇ, ਸਾਡੇ ਲੋਕਾਂ ਦੀਆਂ ਵੀ ਨੇ। ਹਾਂਜੀ ਠੀਕ ਹੈ, ਕੁਛ ਸਾਡੇ ਲੋਕਾਂ ਨੂੰ ਸਿਵਲਾਈਜ਼ਡ ਹੋਣਾ ਪਏਗਾ। ਆਪਾਂ ਜਗ੍ਹਾ ਜਗ੍ਹਾ ਟੋਆ ਪੱਟ ਲਿਆ, ਪਾਣੀ ਵੀ ਨੀਚੇ ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਹੈ ਨਾ, ਮਤਲਬ ਸਾਨੂੰ ਹਰ ਚੀਜ਼ ਦਾ ਕੁਛ ਵੀ ਕਰਨ ਤੋਂ ਪਹਿਲਾਂ ਉਹਦੀ ਸਟੱਡੀ ਕਰਨੀ ਚਾਹੀਦੀ ਵੀ ਅਸੀਂ ਇੱਥੇ ਆਹ ਚੀਜ਼ ਕਰਨ ਲੱਗੇ ਯਾਰ, ਇਹਦਾ ਕਿਉਂਕਿ ਅਰਥ ਦੇ ਕੀ ਹੈ ਤਾਂ ਪੱਟਣ ਤੋਂ ਬਾਅਦ ਪਤਾ ਲੱਗਦਾ। ਪਰ ਸਰ ਹਰ ਸਾਲ ਵੀ ਇਹੀ ਪ੍ਰੋਬਲਮ ਦੇਖਣ ਨੂੰ ਮਿਲਦੀਆਂ ਨੇ, ਹਰ ਜਗ੍ਹਾ ਹਰ ਵਾਰੀ ਪਾਣੀ ਭਰਦਾ ਵਾ ਲੋਕਾਂ ਨੂੰ। ਬਿਲਕੁਲ ਭਰਦਾ ਹੈਗਾ, ਕਿਉਂਕਿ ਇੱਕ ਲੁਧਿਆਣਾ ਜਿਹੜਾ ਹੈਗਾ, ਇੱਕ ਪੁਰਾਣਾ ਸ਼ਹਿਰ ਜਿਹੜਾ ਨਵਾਂ ਸ਼ਹਿਰ ਵਸਿਆ, ਇਹ ਸਾਰਾ ਤਕਰੀਬਨ ਮੇਰੇ ਹਿਸਾਬ ਨਾਲ ਅਨਪਲੈਨਡ 'ਚ ਹੀ ਆ ਜੀ। ਕੋਈ ਪ੍ਰੋਪਰ ਇਹਦੀ ਜੋ ਇਹਦੀ ਡਿਵੈਲਪਮੈਂਟ ਐਜ਼ ਏ ਸਮਾਰਟ ਸਿਟੀ ਹੋਣੀ ਚਾਹੀਦੀ ਸੀ, ਉਹ ਨਹੀਂ ਹੋਈ। ਹੁਣ ਕਿਸ ਤਰ੍ਹਾਂ ਦੇ ਆਦੇਸ਼ ਜਿਹੜੇ ਦਿੱਤੇ ਜਾਣਗੇ ਤਾਂ ਕਿ ਜਿਹੜੀਆਂ ਬਾਕੀ ਮੁਸ਼ਕਲਾਂ ਨਾ ਆਉਣ ਅੱਗੇ? ਉਹੀ ਆਦੇਸ਼ ਆ ਵੀ ਜਿੱਥੇ ਜਿੱਥੇ ਵੀ ਸਾਨੂੰ ਪ੍ਰੋਬਲਮਸ ਨਜ਼ਰ ਆਉਂਦੀਆਂ ਨੇ, ਕਿਤੇ ਵੀ ਮਤਲਬ ਲਾ ਲਓ ਵੀ ਕੋਈ ਸੜਕਾਂ ਮਾੜੀਆਂ ਨੇ, ਕਿਤੇ ਸਾਨੂੰ ਮੇਨ ਨਜ਼ਰ ਆ ਰਿਹਾ ਵੀ ਹੋਲ ਛੋਟਾ ਹੋ ਗਿਆ, ਉਹਨੂੰ ਇਮੀਡੀਏਟ ਪੱਟ ਕੇ ਥੱਲੇ ਦੇਖਿਆ ਜਾਏਗਾ ਵੀ ਕਿਤੇ ਕੱਲ੍ਹ ਨੂੰ ਪੱਟੀ ਕੋਈ ਸੁਖਾਵੀ ਘਟਨਾ ਨਾ ਵਾਪਰ ਜਾਵੇ। ਇਹ ਸਾਰੀਆਂ ਚੀਜ਼ਾਂ ਦੇ ਉੱਤੇ ਟੀਮ ਵਰਕ ਬਣਾ ਕੇ ਹਰ ਜ਼ੋਨ 'ਚ, ਹਰ ਵਾਰਡ 'ਚ, ਹਰ ਮੇਨ ਰੋਡ ਦੇ ਉੱਤੇ ਖਾਸ ਕਰਕੇ ਸਾਨੂੰ ਇਹਨਾਂ ਦੇ ਮਾਨਸੂਨ ਤੋਂ ਪਹਿਲਾਂ ਹਲਕੇ ਤੇ ਜਾਊਗਾ। ਬਿਲਕੁਲ, ਆਪਾਂ ਤਾਂ ਕੋਸ਼ਿਸ਼ ਕਰ ਰਹੇ ਹਾਂ ਵੀ ਕਰਾਂਗੇ, ਕਿਉਂ ਨਹੀਂ ਕਰਾਂਗੇ, ਜਿਸ ਤਰ੍ਹਾਂ ਆਪਾਂ ਹਰ ਵਾਰੀ ਓਵਰ। ਬਿਲਕੁਲ, ਬੁੱਢਾ ਨਾਲਾ ਬਿਲਕੁਲ ਉਹ ਸਾਡੇ ਲਈ ਬਹੁਤ ਵੱਡਾ ਇੱਕ ਚੈਲੇਂਜ ਆ, ਪੰਜਾਬ ਲੁਧਿਆਣੇ ਵਾਲਿਆਂ ਵਾਸਤੇ ਵੀ, ਅਤੇ ਉਹਦੇ ਲਈ ਸਾਨੂੰ ਸਾਰਿਆਂ ਦਾ ਸਾਥ ਚਾਹੀਦਾ। ਪ੍ਰਸ਼ਾਸਨ ਤਾਂ ਕਾਰੀ ਜੀ ਆ, ਉਹਨਾਂ ਸਾਨੂੰ ਆਮ ਸੰਗਤ ਦਾ ਵੀ ਸਾਥ ਚਾਹੀਦਾ, ਵਿੱਚ ਕੂੜਾ ਨਾ ਸੁੱਟ। ਸਰ ਬਿਲਡਿੰਗ ਨੂੰ ਲੈ ਕੇ ਕਾਫੀ ਘਰਾਂ ਦਾ ਨੁਕਸਾਨ ਹੋਇਆ, ਮੌਕੇ 'ਤੇ ਪਹੁੰਚੇ ਹੋ, ਕੀ ਸਾਹਮਣੇ ਆਇਆ? ਇਹ ਇੱਥੇ ਇੱਕ ਹੋਸਪਿਟਲ ਬਣ ਰਿਹਾ ਅਤੇ ਇਹਦੇ ਨਾਲ ਮਕਾਨ ਨੇ, ਅਤੇ ਇਹਦੇ ਬਾਰਿਸ਼ ਪੈਣ ਕਰਕੇ ਨਾ
ਥੋੜ੍ਹਾ ਜਿਹਾ ਨੁਕਸਾਨ ਮਕਾਨਾਂ ਦਾ ਹੋ ਗਿਆ, ਜਿਸ ਸੰਬੰਧੀ ਅਜੇ ਸਾਨੂੰ ਕੋਈ ਕੰਪਲੇਂਟ ਨਹੀਂ ਮਸੂਲ ਹੋਈ। ਜੇ ਕੋਈ ਕੰਪਲੇਂਟ ਮਸੂਲ ਹੋ ਗਈ, ਜਿਹੜਾ ਕਾਨੂੰਨ ਹੈ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਹੈ। ਅਤੇ ਹੁਣ ਤੁਸੀਂ ਮੌਕੇ 'ਤੇ ਪਹੁੰਚੇ ਹੋ, ਲੋਕਾਂ ਨੂੰ ਦੱਸ ਰਹੇ ਹੋ? ਲੋਕਾਂ ਨੂੰ ਤਾਂ ਲੋਕ ਤਾਂ ਅਸੀਂ ਪੁਲਿਸ ਲਾਈ ਹੈ, ਅਸੀਂ ਆਪ ਵੀ ਖੜ੍ਹੇ ਹਾਂ ਤਾਂ ਕਿ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ। ਲੋਕਾਂ ਨੂੰ ਜਾਣ ਤੋਂ ਰੋਕ ਰਹੇ ਹਾਂ, ਲੋਕਾਂ ਦੀ ਹਿਫਾਜ਼ਤ ਕਰ ਰਹੇ ਹਾਂ। ਕੋਈ ਵੱਡਾ ਹਾਦਸਾ ਤਾਂ ਨਹੀਂ ਹੋਇਆ? ਨਹੀਂ ਨਹੀਂ, ਅਜੇ ਬਚਾਅ ਹੋ ਗਿਆ, ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਲੇਕਿਨ ਬਿਲਡਿੰਗਾਂ ਦਾ ਨੁਕਸਾਨ ਹੋਇਆ। ਉਸ ਸੰਬੰਧੀ ਜਿਹੜੇ ਮਾਲਕ ਮਕਾਨ ਹੈ ਕੋਈ ਕੰਪਲੇਂਟ ਦੇਣਗੇ, ਉਹਦੇ ਕਾਨੂੰਨ ਅਨੁਸਾਰ ਉਹਨਾਂ ਦੀ ਕਾਰਵਾਈ ਕੀਤੀ। ਹੁਣ ਲੋਕਾਂ ਨਾਲ ਕੋਈ ਗੱਲਬਾਤ ਹੋਈ ਹੈ ਜੀ? ਜਿਹੜੀ ਕੋਈ ਸ਼ਿਕਾਇਤ MLA ਸਾਹਿਬ ਆਏ ਸੀ, ਉਹ ਲੋਕਾਂ ਦੀਆਂ ਉਹਨਾਂ ਨੇ ਗੱਲਾਂ ਸੁਣੀਆਂ ਨੇ, ਇਹਨਾਂ ਦਾ ਆਪਸ ਵਿੱਚ ਗੱਲਬਾਤ ਹੋ ਰਹੀ, ਕੰਪਰੋਮਾਈਜ਼ ਕਰਿਆ ਕਿ ਅਸੀਂ ਰਿਪੇਅਰ ਕਰਾ ਕੇ ਦੇਵਾਂਗੇ। ਉਹ ਕਮੇਟੀ ਗਠਿਤ ਹੋਈ ਹੈ, ਜੇ ਉਹ ਰਿਪੇਅਰ ਕਰਾ ਦੇਣਗੇ ਤਾਂ ਠੀਕ ਹੈ। ਕਿੰਨੇ ਕੁ ਵਜੇ ਪੁਲਿਸ ਨੂੰ ਜਾਣਕਾਰੀ ਮਿਲੀ, ਕਿੰਨੇ ਕੁ ਵਜੇ? ਪੁਲਿਸ ਤਾਂ ਸਵੇਰ ਦੀ ਖੜੀ ਹੈ ਜੀ। ਆਓ ਜੀ ਜਗਦੀ ਸਾਹਿਬ, ਡੇਢੇ ਨੂੰ ਆਉਂਦੇ ਹੀ ਨਹੀਂ ਇਹਦੇ। ਆਓ ਆਇਆ ਸੋਨੀ ਹੋਏ ਕੋਈ ਨੀ, ਅੰਦਰੋਂ ਕਰਾਂਗੇ। ਚਲ ਤੁਹਾਡਾ ਤਾਂ ਭਰਾ ਕੀ ਹੈ, ਆਹ ਪਾਣੀ ਇੱਥੋਂ ਐਂ ਜਾ ਰਿਹਾ ਜਿਵੇਂ ਪਹਾੜੀ ਝਰਨੇ ਨੀ ਥੱਲੇ ਬਹਿੰਦੇ ਹੁੰਦੇ ਸੀਵਰ ਆਹ ਮਸ਼ੀਨ ਲੱਗੀ ਹੈ ਜਿੱਥੇ, ਉਹ ਦੇਖ ਲਿਆ ਮੈਂ। ਮੇਰਾ ਨਾਮ ਜੀ ਹਰਵਿੰਦਰ ਸਿੰਘ, ਇਹ ਜੀ ਕੇ ਲੂਣੀ ਪੈਂਦੀ ਹੈ, ਪ੍ਰਕਾਸ਼ ਨਗਰ ਸਾਡੇ ਉਪਸਾਂ ਦੇ ਪਿੱਛੇ ਵੇ, ਜਿਹਨਾਂ ਨੁਕਸਾਨ ਹੋਏ ਜਿੱਥੇ, ਅਤੇ ਮੈਂ ਪ੍ਰਕਾਸ਼ ਨਗਰ ਵੈਲਫੇਅਰ ਐਸੋਸੀਏਸ਼ਨ ਦਾ ਪ੍ਰਧਾਨ ਹਰਵਿੰਦਰ ਸਿੰਘ ਆ। ਬਾਰਿਸ਼ ਕਾਰਨ ਹੀ ਹੋਇਆ ਜੀ, ਇੱਕ ਇਹਨਾਂ ਨੇ ਇੰਨੀ ਵੱਡੀ ਬੇਸਮੈਂਟ ਫੱਟੀ, ਇਹ ਇਲੀਗਲ ਹੈ ਕਿਉਂਕਿ ਪਹਿਲੇ ਸਾਰਾ ਜਾਇਜ਼ਾ ਇਹਨਾਂ ਨੇ ਲੈਣ ਚਾਹੀਦਾ, ਜਿਹੜੇ ਵੱਡੇ ਇੰਜੀਨੀਅਰ ਨੇ ਇਹਨਾਂ ਕੋਲ ਨੇ, ਇਹ ਦੇਖ ਕੇ ਕਰਦੇ ਵੀ ਮਕਾਨ ਨੂੰ ਕੋਈ ਨੁਕਸਾਨ ਨਾ ਹੋਵੇ। ਕੱਲ੍ਹ ਨੂੰ ਬਰਸਾਤਾਂ ਮੌਸਮ ਆ ਰਿਹਾ, ਸੜਕ ਵੀ ਇੱਕ ਇਹਨਾਂ ਨੇ ਬੰਦ ਕੀਤੀ ਹੋਈ ਹੈ, ਇੱਕ ਹਦੂਦ ਉਹ ਹੈਗੀ ਹੈ। ਇਹ ਪ੍ਰਕਾਸ਼ ਨਗਰ ਪ੍ਰਕਾਸ਼ ਕਲੋਨੀ ਪੈਂਦੀ ਹੈ, ਪ੍ਰਕਾਸ਼ ਕਲੋਨੀ ਹੈ ਨਾ, ਪ੍ਰਕਾਸ਼ ਕਲੋਨੀ ਹੈ, ਅਤੇ ਇਹਦੇ ਵਿੱਚ ਕੋਈ ਹੋਸਪਿਟਲ ਬਣ ਰਿਹਾ ਸੀਗਾ, ਜੋ ਮੈਂ ਪਤਾ ਕੀਤਾ ਕਾਰਪੋਰੇਸ਼ਨ ਤੋਂ ਵੀ ਕਿ ਜਿਹਦਾ CLU ਵੀ ਅਤੇ ਨਕਸ਼ੇ ਵਗੈਰਾ ਵੀ ਪਾਸ ਨੇ, ਪਰ ਬਣਾਉਣ ਵਾਲਿਆਂ ਦੀ ਨੈਗਲੀਜੈਂਸੀ ਬਹੁਤ ਆ, ਜਿਨ੍ਹਾਂ ਨੇ ਮਤਲਬ ਵੀ ਐਡਾ ਵੱਡਾ ਫਾੜ ਜਿਹੜਾ ਪਿਆ ਠੇਕੇਦਾਰ ਨੂੰ ਚਾਹੀਦਾ ਸੀਗਾ, ਜਿਹੜਾ ਬਿਲਡਿੰਗ ਬਣਾ ਰਿਹਾ ਵੀ ਸਭ ਤੋਂ ਪਹਿਲਾਂ ਪਿਛਲੀਆਂ ਬਿਲਡਾਂ ਨੂੰ ਬਿਲਡਿੰਗ ਨੂੰ ਪ੍ਰੋਟੈਕਟ ਕਰਦਾ, ਉਹ ਥੋੜ੍ਹੀ ਜਿਹੀ ਨੈਗਲੀਜੈਂਸੀ ਕਰਕੇ ਜਿਹੜੀ ਭਾਰੀ ਬਰਸਾਤ ਅੱਜ ਹੋਈ ਆ, ਉਹ ਜਦੋਂ ਭਰ ਗਈ ਬੇਸਮੈਂਟ ਇਹਨਾਂ ਦੀ, ਅਤੇ ਉਹ ਸਾਰੇ ਘਰਾਂ ਨੂੰ ਜਿਹੜੇ 5-6 ਘਰ ਨੇ ਟੋਟਲ, ਉਹਨਾਂ ਦੇ ਬਾਅਦ ਮੇਰੇ ਸਾਰੇ ਪਿੱਛੇ ਖੜ੍ਹੇ ਨੇ ਜਿਨ੍ਹਾਂ ਦੇ ਘਰ ਨੇ ਓਨਰ ਨੇ, ਅਤੇ ਉਹ ਅਸੀਂ ਬੈਠ ਕੇ ਐਮੀਕੇਵਲੀ ਪਹਿਲਾਂ ਤਾਂ ਉਹਨਾਂ ਨਾਲ ਗੱਲ ਕੀਤੀ ਹੈਗੀ ਹੈ, ਜਿਹੜੇ ਵੀ ਹੈਗੇ ਨੇ ਇਹਨਾਂ ਦਾ ਜੋ ਵੀ ਕੰਪਨਸੇਸ਼ਨ ਬਣਦੀ ਆ, ਮੁਆਵਜ਼ਾ ਬਣਦਾ, ਉਹ ਫੌਰੀ ਤੌਰ 'ਤੇ ਇਹਨਾਂ ਦੇ ਘਰ ਰਿਪੇਅਰ ਕਰਾ ਕੇ ਪਲੱਸ ਦਿੱਤੇ ਜਾਣਗੇ, ਕਿਹਨਾਂ ਦਾ ਆਰਕੀਟੈਕਟ ਹੋਏਗਾ, ਕਿਹਨਾਂ ਦਾ ਹੋਏਗਾ ਪ੍ਰੋਪਰ ਵੇ ਨਾਲ, ਸਾਰਾ ਆਪਣੀ ਪਸੰਦ ਦਾ ਜੋ ਵੀ ਇਹਨਾਂ ਨੇ ਕੰਮ ਜਿੱਤੋ ਆਪਣੇ ਆਪ ਕਰਾਉਣਾ, ਜਾਂ ਇਹ ਜਿਹੜੇ ਜਿਨ੍ਹਾਂ ਤੋਂ ਇਹਨਾਂ ਨੂੰ ਨੁਕਸਾਨ ਪਹੁੰਚਿਆ ਉਸ ਪਾਰਟੀ ਦੇ ਥਰੂ ਕਰਾਉਣਾ, ਉਹਦੇ ਲਈ ਆਪਸੀ ਸਹਿਮਤੀ ਬਣਾ ਦਿੱਤੀ ਗਈ ਹੈਗੀ ਆ, ਔਰ ਬੜੇ ਸੁਖਾਵੇਂ ਮਾਹੌਲ 'ਚ ਸਾਰੇ ਰੈਜੀਡੈਂਟਸ ਨੇ ਮਾਣ ਰੱਖਿਆ ਸਾਡਾ ਸਾਰਿਆਂ ਦਾ, ਔਰ ਕਿਉਂਕਿ ਇਹ ਜਿਹੜਾ ਬੜਾ ਇੱਕ ਸੰਜੀਦਗੀ ਵਾਲਾ ਇਸ ਟਾਈਮ ਮਸਲਾ ਹੈਗਾ, ਅਤੇ ਇਹਨੂੰ ਬੜੇ ਹੋਸ਼ੋ ਵਾਸਤੇ ਵੀ ਸਾਨੂੰ ਇਹ ਫੈਸਲਾ ਲਿਆ ਗਿਆ ਵੀ ਸਾਰਿਆਂ ਦੀ ਸਹਿਮਤੀ, ਉਹਨਾਂ ਦੇ ਘਰਾਂ ਦੀ ਜੋ ਵੀ ਮੁਰੰਮਤ ਹੈਗੀ ਹੈ, ਜੋ ਵੀ ਕੰਮ ਹੋਣ ਵਾਲਾ, 6 ਘਰ ਨੇ ਅਜੇ 6 ਆਏ ਨੇ। ਹਾਂ ਕੋਈ ਗੱਲ ਨਹੀਂ, ਉਹ ਕਾਰਪੋਰੇਸ਼ਨ ਦੀਆਂ ਟੀਮਾਂ ਵੀ ਆਈਆਂ ਹੋਈਆਂ ਨੇ, ਸੁਪਰ ਪੰਪ ਸਕਸ਼ਨ ਮਸ਼ੀਨਾਂ ਵੀ ਅਤੇ ਪੰਪ ਸਟੇਸ਼ਨ ਵੀ ਲੱਗ ਚੁੱਕੇ ਨੇ। ਹਾਂ ਬੰਦਿਆਂ ਦੀ ਜਾਨੀ ਨੂੰ ਪਰਮਾਤਮਾ ਦਾ ਸ਼ੁਕਰ ਆ, ਕਿਸੇ ਜੀ ਦੇ ਕੋਈ ਸੱਟ ਨਹੀਂ ਲੱਗੀ ਔਰ ਬਚਾਅ ਹੋ ਗਿਆ, ਬਹੁਤ ਜਲਦੀ ਪਰਮਾਤਮਾ ਨੇ ਸਾਡੀ ਇਲਾਜ ਰੱਖੀ ਇਸ ਚੀਜ਼ ਦੀ। ਅਤੇ ਹਾਂ ਬਾਰਿਸ਼ ਕਰਕੇ ਸਾਰਾ ਹੋਇਆ ਹੈਗਾ, ਇੱਕੋ ਦਮ ਜਿਹੜੀ ਬੇਸਮੈਂਟ ਸੀਗੀ, ਬੇਸਮੈਂਟ 'ਚ ਪਾਣੀ ਭਰਨ ਕਰਕੇ ਉਹ ਜਿਹੜੇ ਘਰ ਸੀਗੇ ਨਾਲ ਦੇ ਉਹਨਾਂ 'ਚ ਟ੍ਰੇਨਾਂ ਆ ਗਈਆਂ, ਅਤੇ ਕੁਛ ਕੰਧਾਂ ਵੀ ਡਿੱਗੀਆਂ ਨੇ, ਅਤੇ ਬਾਕੀ ਦੇਖਦੇ ਮੌਕੇ। ਹਾਂ ਇਹਨਾਂ ਕੋਲ ਹੈਗੀ ਆ, ਮੈਂ ਪਤਾ ਵੀ ਸਾਹਿਬ ਖੜ੍ਹੇ ਬਾਕੀ
ਤੁਸੀਂ ਨੋਮਸ ਉਹਨਾਂ ਤੋਂ ਲੈ ਲਓ, ਪਰ ਹਾਂ ਇਹ ਬਿਲਡਿੰਗ ਨੂੰ ਉਦੋਂ ਤੱਕ ਨਹੀਂ ਬਣੂਗੀ ਜਦ ਤੱਕ ਮਹੱਲੇ ਵਾਲਿਆਂ ਦੀ ਸਹਿਮਤੀ ਨਹੀਂ ਹੋਏਗੀ, ਔਰ ਪਲੱਸ ਇਹਨਾਂ ਦੇ ਘਰਾਂ ਦੀ ਪਹਿਲਾਂ ਮੁਰੰਮਤ ਹੋ ਕੇ ਪ੍ਰੋਪਰ ਵੇ ਨਾਲ ਜਦ ਤੱਕ ਇਹ ਸਾਰੇ ਸੰਤੁਸ਼ਟ ਹੈ ਵੀ ਸਾਡੇ ਜੋ ਨੁਕਸਾਨ ਦੀ ਭਰਪਾਈ ਹੋਈ ਆ ਵੀ ਉਹ ਨੁਕਸਾਨ ਦੀ ਭਰਪਾਈ ਅਸੀਂ ਪੂਰੀ ਪ੍ਰੋਪਰ ਕਰਨ ਤੋਂ ਬਾਅਦ ਫਿਰ ਇੱਕ ਬੈਠ ਕੇ ਇਹਨਾਂ ਦਾ ਯੂਨਾਨੀਮਸ ਲਈ ਫੈਸਲਾ ਲਿਆ ਜਾਊਗਾ। ਜਿੱਦਾਂ ਮੇਰਾ ਇਲਾਕਾ ਕਹੂਗਾ ਉਸ ਹਿਸਾਬ ਨਾਲ ਕੀ ਕੰਮ ਚੱਲੇ। ਹੈ ਹਾਂ, ਦੇਖੋ ਕੁਦਰਤ ਦਾ ਪ੍ਰਕੋਪਾ ਜਿਵੇਂ ਸਥਿਤੀ ਕਰੇ, ਇੱਕੋ ਦਮ ਬਾਰਿਸ਼ ਦਾ ਸਵੇਰੇ 5 ਵਜੇ 6 ਵਜੇ ਚੱਲਣਾ, 3 ਘੰਟਿਆਂ 'ਚ ਉਹਨਾਂ ਨੇ ਦੇਖੋ ਕਈ ਤਾਂ ਸੜਕਾਂ ਹੀ ਬੈਠ ਗਈਆਂ ਨੇ ਅੱਜ, ਮਤਲਬ ਇੰਨੇ ਬੁਰੇ ਤਰੀਕੇ ਨਾਲ ਬਾਰਿਸ਼ ਪਈ ਹੈਗੀ ਆ। ਅਤੇ ਅੱਜ ਤਾਂ ਇਹ ਤਾਂ ਪਹਿਲਿੰਗ ਹੈ, ਸਾਨੂੰ ਪ੍ਰਸ਼ਾਸਨ ਨੂੰ ਇਹਦੇ ਵਿੱਚ ਅਲਰਟ ਰਹਿਣਾ ਪਏਗਾ, ਖਾਸਕਰ ਬੁੱਢੇ ਨਾਲੇ ਦੇ ਉੱਤੇ, ਖਾਸਕਰ ਜਿਹੜੀਆਂ ਸਾਡੇ ਵੱਡੇ ਡਾਟਸ ਕਮਜ਼ੋਰ ਹੋ ਚੁੱਕੇ ਨੇ, ਜਿੱਥੇ ਕਿ ਪਿੱਛੇ ਵੀ ਟਰੱਕ ਟਰੁੱਕ ਤੁਹਾਨੂੰ ਪਤਾ ਧੱਸ ਕੇ ਇੱਕ ਵਾਰ ਡੈਥ ਵੀ ਹੋ ਗਈ ਸੀ, ਉਹਨਾਂ ਚੀਜ਼ਾਂ 'ਤੇ ਸਾਡੀ ਵੀ ਹੁਣ ਪੈਣੀ ਨਜ਼ਰ ਰਹੇਗੀ ਕਿ ਕਿਤੇ ਵੀ ਕੋਈ ਅਣਸੁਖਾਣਵੀ ਘਟਨਾ ਨਾ ਵਾਪਰੇ ਅਤੇ ਜਾਨੀ ਨੁਕਸਾਨ ਨਾ ਹੋਵੇ। ਉਹਦੇ ਲਈ ਮੈਂ ਹੁਣ ਕਮਿਸ਼ਨਰ ਸਾਹਿਬ ਨਾਲ ਅਤੇ ਡੀ ਸੀ ਮੈਮ ਨਾਲ ਅਸੀਂ ਮੀਟਿੰਗ ਕਰਾਂਗੇ ਅੱਜ, ਕਰਕੇ ਜੋ ਵੀ ਹੈਗਾ ਸਰ ਪ੍ਰਸ਼ਾਸਨ ਪਹਿਲਾਂ ਤੋਂ ਕਹਿ ਰਿਹਾ ਵੀ ਤਿਆਰੀਆਂ ਮੁਕੰਮਲ ਨੇ, ਪਰ ਹਾਲਾਤ ਜਿਹੜੇ ਦੇਖਣ ਨੂੰ ਮਿਲੇ ਨੇ ਵੀ ਥੋੜ੍ਹੇ ਟਾਈਮ ਹੀ ਬਰਸਾਤ ਪਈ ਆ, ਮਾਨਸੂਨ ਦੇ ਵਿੱਚ ਲੱਗਦਾ ਕਿ ਬਹੁਤ ਵੀ ਵੱਡੀ ਅਣਗਹਿਲੀ ਜਿਹੜੀ ਅਧਿਕਾਰੀਆਂ। ਦੇਖੋ ਇਹਦੇ ਵਿੱਚ ਕੀ ਹੁੰਦਾ ਹੈਗਾ, ਕਈ ਤਰ੍ਹਾਂ ਦੀਆਂ ਅਣਗਹਿਲੀਆਂ ਨੇ, ਮੈਂ ਕਹਿਣ 'ਚ ਕੋਈ ਗੁਰੇਜ਼ ਨਹੀਂ ਕਰਾਂਗਾ, ਪ੍ਰਸ਼ਾਸਨ ਦੀਆਂ ਵੀ ਨੇ, ਸਾਡੇ ਲੋਕਾਂ ਦੀਆਂ ਵੀ ਨੇ। ਹਾਂਜੀ ਠੀਕ ਹੈ, ਕੁਛ ਸਾਡੇ ਲੋਕਾਂ ਨੂੰ ਸਿਵਲਾਈਜ਼ਡ ਹੋਣਾ ਪਏਗਾ, ਆਪਾਂ ਜਗ੍ਹਾ ਜਗ੍ਹਾ ਟੋਆ ਪੱਟ ਲਿਆ, ਦੇਖਿਆ ਨਹੀਂ ਵੀ ਨੀਚੇ ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਹੈ ਨਾ। ਮਤਲਬ ਸਾਨੂੰ ਹਰ ਚੀਜ਼ ਦਾ ਕੁਛ ਵੀ ਕਰਨ ਤੋਂ ਪਹਿਲਾਂ ਉਹਦੀ ਸਟੱਡੀ ਕਰਨੀ ਚਾਹੀਦੀ ਵੀ ਅਸੀਂ ਇੱਥੇ ਆਹ ਚੀਜ਼ ਕਰਨ ਲੱਗੇ ਯਾਰ ਇਹਦਾ, ਕਿਉਂਕਿ ਅਰਥ ਦੇ ਨੀਚੇ ਕੀ ਹੈ ਤਾਂ ਪੱਟਣ ਤੋਂ ਬਾਅਦ ਪਤਾ ਲੱਗਦਾ। ਪਰ ਸਰ ਹਰ ਸਾਲ ਵੀ ਇਹੀ ਪ੍ਰੋਬਲਮ ਦੇਖਣ ਨੂੰ ਮਿਲਦੀਆਂ ਨੇ, ਹਰ ਜਗ੍ਹਾ ਹਰ ਵੇਰੀ ਪਾਣੀ ਭਰਦਾ ਵਾ ਲੋਕਾਂ ਨੂੰ। ਬਿਲਕੁਲ ਬਿਲਕੁਲ ਭਰਦਾ ਹੈਗਾ, ਕਿਉਂਕਿ ਇੱਕ ਲੁਧਿਆਣਾ ਜਿਹੜਾ ਹੈਗਾ, ਇੱਕ ਪੁਰਾਣਾ ਸ਼ਹਿਰ ਜਿਹੜਾ ਨਵਾਂ ਸ਼ਹਿਰ ਵਸਿਆ, ਇਹ ਸਾਰਾ ਤਕਰੀਬਨ ਮੇਰੇ ਹਿਸਾਬ ਨਾਲ ਅਨਪਲੈਨਡ 'ਚ ਹੀ ਆ ਜੀ। ਕੋਈ ਪ੍ਰੋਪਰ ਇਹਦੀ ਜੋ ਇਹਦੀ ਡਿਵੈਲਪਮੈਂਟ ਐਜ਼ ਏ ਸਮਾਰਟ ਸਿਟੀ ਹੋਣੀ ਚਾਹੀਦੀ ਸੀ, ਉਹ ਨਹੀਂ ਹੋਈ। ਹੁਣ ਕਿਸ ਤਰ੍ਹਾਂ ਦੇ ਆਦੇਸ਼ ਜਿਹੜੇ ਦਿੱਤੇ ਜਾਣਗੇ ਤਾਂ ਕਿ ਜਿਹੜੀਆਂ ਬਾਕੀ ਮੁਸ਼ਕਲਾਂ ਨਾ ਆਉਣ ਅੱਗੇ? ਉਹੀ ਆਦੇਸ਼ ਆ ਵੀ ਜਿੱਥੇ ਜਿੱਥੇ ਵੀ ਸਾਨੂੰ ਪ੍ਰੋਬਲਮਸ ਨਜ਼ਰ ਆਉਂਦੀਆਂ ਨੇ, ਕਿਤੇ ਵੀ ਮਤਲਬ ਲਾ ਲਓ ਵੀ ਕੋਈ ਸੜਕਾਂ ਵਾੜੀਆਂ ਨੇ, ਕਿਤੇ ਸਾਨੂੰ ਮੇਨ ਨਜ਼ਰ ਆ ਰਿਹਾ ਵੀ ਹੋਲ ਛੋਟਾ ਹੋ ਗਿਆ, ਉਹਨੂੰ ਇਮੀਡੀਏਟ ਪੱਟ ਕੇ ਥੱਲੇ ਦੇਖਿਆ ਜਾਏਗਾ ਵੀ ਕਿਤੇ ਕੱਲ੍ਹ ਨੂੰ ਪੱਟੀ ਕੋਈ ਸੁਖਾਵੀ ਘਟਨਾ ਨਾ ਵਾਪਰ ਜਾਵੇ। ਇਹ ਸਾਰੀਆਂ ਚੀਜ਼ਾਂ ਦੇ ਉੱਤੇ ਟੀਮ ਵਰਕ ਬਣਾ ਕੇ ਹਰ ਜ਼ੋਨ 'ਚ, ਹਰ ਵਾਰਡ 'ਚ, ਹਰ ਮੇਨ ਰੋਡ ਦੇ ਉੱਤੇ ਖਾਸ ਕਰਕੇ ਸਾਨੂੰ ਇਹਨਾਂ ਦੇ ਮਾਨਸੂਨ ਤੋਂ ਪਹਿਲਾਂ ਹੱਲ ਕਿਤੇ ਜਾਊਗਾ? ਬਿਲਕੁਲ ਆਪਾਂ ਤਾਂ ਕੋਸ਼ਿਸ਼ ਕਰ ਰਹੇ ਹਾਂ ਵੀ ਕਰਾਂਗੇ, ਕਿਉਂ ਨਹੀਂ ਕਰਾਂਗੇ ਜਿਸ ਤਰ੍ਹਾਂ ਬਾਹਰ ਵੀ ਓਵਰ। ਬਿਲਕੁਲ ਬੁੱਢਾ ਨਾਲਾ, ਬਿਲਕੁਲ ਉਹ ਸਾਡੇ ਲਈ ਬਹੁਤ ਵੱਡਾ ਇੱਕ ਚੈਲੇਂਜ ਆ ਪੰਜਾਬ ਲੁਧਿਆਣੇ ਵਾਲਿਆਂ ਵਾਸਤੇ ਵੀ, ਅਤੇ ਉਹਦੇ ਲਈ ਸਾਨੂੰ ਸਾਰਿਆਂ ਦਾ ਸਾਥ ਚਾਹੀਦਾ। ਪ੍ਰਸ਼ਾਸਨ ਤਾਂ ਕਰ ਹੀ ਰਿਹਾ, ਉਹਨਾਂ ਸਾਨੂੰ ਆਮ ਸੰਗਤ ਦਾ ਵੀ ਸਾਥ ਚਾਹੀਦਾ ਵਿੱਚ ਕੂੜਾ ਨਾ ਸੁੱਟ। ਸਰ ਬਿਲਡਿੰਗ ਨੂੰ ਲੈ ਕੇ ਕਾਫੀ ਘਰਾਂ ਦਾ ਨੁਕਸਾਨ ਹੋਇਆ, ਮੌਕੇ 'ਤੇ ਪਹੁੰਚੇ ਹੋ, ਕੀ ਸਾਹਮਣੇ ਆਇਆ? ਇਹ ਇੱਥੇ ਇੱਕ ਹੋਸਪਿਟਲ ਬਣ ਰਿਹਾ ਅਤੇ ਇਹਦੇ ਨਾਲ ਮਕਾਨ ਨੇ, ਅਤੇ ਇਹਦੇ ਬਾਰਿਸ਼ ਪੈਣ ਕਰਕੇ ਨਾ ਥੋੜ੍ਹਾ ਜਿਹਾ ਨੁਕਸਾਨ ਮਕਾਨਾਂ ਦਾ ਹੋ ਗਿਆ। ਇਸ ਸੰਬੰਧੀ ਅਜੇ ਸਾਨੂੰ ਕੋਈ ਕੰਪਲੇਂਟ ਨਹੀਂ ਮਸੂਲ ਹੋਈ, ਜੇ ਕੋਈ ਕੰਪਲੇਂਟ ਮਸੂਲ ਹੋ ਗਈ ਜਿਹੜਾ ਕਾਨੂੰਨ ਹੈ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਹੈ। ਅਤੇ ਹੁਣ ਤੁਸੀਂ ਮੌਕੇ 'ਤੇ ਪਹੁੰਚੇ ਹੋ, ਲੋਕਾਂ ਨੂੰ ਦੱਸ ਰਹੇ ਹੋ? ਲੋਕਾਂ ਨੂੰ ਤਾਂ ਲੋਕ ਤਾਂ ਅਸੀਂ ਪੁਲਿਸ ਲਾਈ ਹੈ, ਅਸੀਂ ਆਪ ਵੀ ਖੜ੍ਹੇ ਹਾਂ ਤਾਂ ਕਿ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ, ਲੋਕਾਂ ਨੂੰ ਜਾਣ ਤੋਂ ਰੋਕ ਰਹੇ ਹਾਂ, ਲੋਕਾਂ ਦੀ ਹਿਫਾਜ਼ਤ ਕਰ ਰਹੇ ਹਾਂ। ਕੋਈ ਵੱਡਾ ਹਾਦਸਾ ਤਾਂ ਨਹੀਂ ਹੋਇਆ ਜੀ? ਨਹੀਂ ਨਹੀਂ, ਅਜੇ ਬਚਾਅ ਹੋ ਗਿਆ, ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਲੇਕਿਨ ਬਿਲਡਿੰਗਾਂ ਦਾ ਨੁਕਸਾਨ ਹੋਇਆ। ਉਸ ਸੰਬੰਧੀ ਜਿਹੜੇ ਮਾਲਕ ਮਕਾਨ ਹੈ ਕੋਈ ਕੰਪਲੇਂਟ ਦੇਣਗੇ, ਉਹਦੇ ਕਾਨੂੰਨ ਅਨੁਸਾਰ ਉਹਨਾਂ ਦੀ ਕਾਰਵਾਈ ਕੀਤੀ। ਹੁਣ ਲੋਕਾਂ ਨਾਲ ਕੋਈ ਗੱਲਬਾਤ ਹੋਈ ਹੈ ਜੀ? ਜਿਹੜੀ ਕੋਈ ਸ਼ਿਕਾਇਤ MLA ਸਾਹਿਬ ਆਏ ਸੀ, ਉਹ ਲੋਕਾਂ ਦੀਆਂ ਉਹਨਾਂ ਨੇ ਗੱਲਾਂ ਸੁਣੀਆਂ ਨੇ, ਇਹਨਾਂ ਦਾ ਆਪਸ ਵਿੱਚ ਗੱਲਬਾਤ ਹੋ ਰਹੀ, ਕੰਪਰੋਮਾਈਜ਼ ਕਰਿਆ ਕਿ ਅਸੀਂ ਰਿਪੇਅਰ ਕਰਾ ਕੇ ਦੇਵਾਂਗੇ। ਉਹ ਕਮੇਟੀ ਗਠਿਤ ਹੋਈ ਹੈ, ਜੇ ਰਿਪੇਅਰ ਕਰਾ ਦੇਣਗੇ ਤਾਂ ਠੀਕ ਹੈ। ਕਿੰਨੇ ਕੁ ਵਜੇ ਪੁਲਿਸ ਨੂੰ ਜਾਣਕਾਰੀ ਮਿਲੀ? ਕਿੰਨੇ ਕੁ ਵਜੇ? ਪੁਲਿਸ ਤਾਂ ਸਵੇਰ ਦੀ ਖੜੀ ਹੈ ਜੀ।